एआरपी 1550 एएम ते तुहाडा स्वागत है। मैं तुहाडा मेजबान हरजीत सिंह गिल। 12:29 होया जी, 4 मई का दिन है, वरा 2021 का मंगलवार है। 22 विसाख नानक सिमत 557 निघा हार्दिक स्वागत है जी। अज पहले हिस्से दे विच जिहड़ी 20वीं सदी दे सिख इतिहास पंजाब दा 1984 तक दा जिहड़ा उसनूं शुरुआत कीती, अज उहदी दूसरी कड़ी तुहाडे सन्मुख करांगा। फिर एक पंजाब दे पिंड दी एक मुश्किल जिहड़ी एक मुश्किल दे नाल नाल उहदे एक परिवार दी एक गाथा ते परिवार दे नाल नाल असीं जिथे बैठे हां अपना जिंदगी दा पद्धर इनू समतल करके कोशिश करांगा ते नाल कोई सुनेहा भी दवांगा उस एरिए दे विच बसदे लोकां नू के उस पिंड उस घर दा पता करके उस दे बारे कुछ मदद कीती जावे। बहुत अलग किस्म दा वर्तारा है ते जिहदे विच एक टॉक शो भी उहदे विचों मैं करना है कि सिरड़ की है, संजम की है, गरीबी दे विच खुशी की है ते अकाउंटेबिलिटी ते निभाउण दीआं गल्लां की। 1-844-247-1550 ऑन एयर नंबर है। arpradio.com ते सीधा प्रसारण ते लोक सत ते सारे प्रोग्राम पाए हुंदे ने, बाद च वी तुसीं सुन सकदे हो। 604-729-1224 व्हाट्सएप ते टैक्सट लई नंबर है। ਜੋ ਰੇਤੇ ਚ ਰਚ ਗਏ ਨੇ ਹੱਡਾਂ ਦੇ ਟੁਕੜੇ ਜੋ ਬਣ ਗਏ ਵਰੋਲੇ ਗੁਲਾਬੀ ਜੇ ਮੁਖੜੇ ਉਹ ਨਵਿਆਂ ਆਕਾਰਾਂ ਚ ਘਲਦੇ ਹੀ ਰਹਿਣੇ ਇਹ ਅੱਖਰ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਮੈਂ ਗੱਦੀਆਂ ਤੇ ਬਿਸਤਰ ਪੁਸ਼ਾਕਾਂ ਤੋਂ ਪੁੱਛਿਆ, ਮੈਂ ਹੀਰਾਂ ਤੋਂ ਪੁੱਛਿਆ, ਮੈਂ ਚਾਕਾਂ ਤੋਂ ਪੁੱਛਿਆ, ਉਹ ਕਹਿੰਦੇ ਕਿ ਬੂਟੇ ਤਾਂ ਫਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਇਹ ਗੁੰਦੀਆਂ ਜੋ ਕੁੱਤਾ ਇਹ ਲਮਕਣ ਪਰਾਂਦੇ ਇਹ ਕਿੱਥੋਂ ਸੀ ਆਏ ਤੇ ਕਿੱਧਰ ਨੂੰ ਸੀ ਜਾਂਦੇ। ਇਹ ਮੌਸਮ ਨੇ ਮੌਸਮ ਤਾਂ ਚੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਸਿਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖੇ ਉਹ ਚਾਦਰ ਦੇ ਤੋਤੇ ਉਡਾ ਕੇ ਨੀ ਵੇਖੇ, ਸੰਦੂਕਾਂ ਚ ਪਏ ਆ ਮੈਂ ਗਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਜਿਨ੍ਹਾਂ ਸਿਰ ਤੇ ਛੱਤ ਨੀ ਨਾ ਪੈਰਾਂ ਚ ਜੋੜੇ, ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ, ਉਹ ਭੁੱਖਾਂ ਤੇ ਤੇਹਾਂ ਚ ਪਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਮੈਨੂੰ ਆ ਕੇ ਪੁੱਛਦੀ ਸੀ ਮਜ਼ਹਬ ਦੀ ਟੋਲੀ ਤੂੰ ਲਿਖਣਾ ਕਿਉਂ ਚਾਹੁੰਦਾ, ਦਰਖਤਾਂ ਦੀ ਬੋਲੀ ਏ ਕਾਸ਼ੀ ਬਨਾਰਸ ਤਾਂ ਬਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਜੋ ਰੇਤੇ ਚ ਰਚ ਗਏ ਹੱਡਾਂ ਦੇ ਟੁਕੜੇ, ਹਰਮਨਜੀਤ ਰਾਣੀ ਸੱਤ ਚ ਲਿਖਦਾ। ਕੱਲ ਦੀ ਗੱਲ ਆਪਾਂ ਛੱਡੀ ਸੀ ਸਿੰਘ ਸਭਾ ਲਹਿਰ ਦਾ, ਜਦ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਾਣਾ, ਇਹਦਾ ਅੰਤਰੀਬ ਜਿਹੜਾ ਤੁਹਾਨੂੰ ਦੱਸਿਆ ਸੀ ਕਿ 18ਵੀਂ ਸਦੀ ਚ ਜਦ ਘਰੋਂ ਬੇਘਰ ਹੋਈ ਕੌਮ ਮੁਗਲਾਂ ਤੋਂ ਬਾਅਦ, ਤਾਂ ਘਰੋਂ ਬੇਘਰ ਉਹ ਨੀ ਹੋਏ ਜਿਹੜਾ ਨੇ ਗੁਰੂ ਡੰਮ, ਜਿਹੜਾ ਗੁਰੂ ਦੇ ਨਾਂ ਤੇ ਜਿਹਨਾਂ ਨੇ ਆਪਣਾ ਜਗਾੜ ਸੈੱਟ ਹੋਇਆ ਸੀ, ਉਹ ਨੀ ਗਏ ਕਿਤੇ, ਉਹਨਾਂ ਨੂੰ ਕੁਛ ਨੀ ਹੋਇਆ, ਉਹਨਾਂ ਦੇ ਸਿਰਾਂ ਦੇ ਮੁੱਲ ਵੀ ਨੀ ਪਏ। ਚੌਧਰੀ ਉਹਨਾਂ ਚੋਂ ਹੀ ਸੀ, ਪਿੰਡਾਂ ਦੇ ਉਹ ਚੌਧਰੀ ਸੀ। ਨਸ਼ਹਿਰੇ ਵਾਲੇ ਕੋਲ ਤਾਂ ਨਸ਼ਹਿਰੇ ਵਾਲੇ ਨੇ ਦਰਬਾਰ ਸਾਹਿਬ ਜਿਹੜਾ ਗਹਿਣੇ ਲੈ ਲਿਆ ਸੀ ਅਬਦਾਲੀ ਤੋਂ, ਤੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੇ ਪੈਸੇ ਦੇ ਕੇ ਨਸ਼ਹਿਰੇ ਵਾਲੇ ਤੋਂ ਦਰਬਾਰ ਸਾਹਿਬ ਛੁਡਵਾਇਆ। ਦਰਬਾਰ ਸਾਹਿਬ ਛੁਡਾਉਣ ਤੋਂ ਬਾਅਦ ਫਿਰ ਉਹਨਾਂ ਦੀ ਕਾਰ ਸੇਵਾ ਵੀ ਜੱਸਾ ਸਿੰਘ ਸੁਲਤਾਨੁਲ ਕੌਮ ਨੇ ਕੀ। ਅੱਛਾ, ਸਿੰਘ ਸਭਾ ਲਹਿਰ ਦੇ ਵਿੱਚ ਜਿੱਥੇ ਲਾਹੌਰ ਵਾਲੀ ਸਿੰਘ ਸਭਾ ਲਹਿਰ ਕਾਇਮ ਸੀ, ਉੱਥੇ ਅੰਮ੍ਰਿਤਸਰ ਵਾਲੀ ਜਿਹੜੀ ਸਿੰਘ ਸਭਾ ਲਹਿਰ ਸੀ, ਉਹ ਇਹ ਕੰਮ ਕਰਦੇ ਕਰਦੇ ਕੰਮ ਉਹ ਕਰਨਾ ਚਾਹੁੰਦੇ ਸੀ, ਪਰ ਉਹ ਗੋਰਿਆਂ ਨਾਲ ਵਿਗਾੜਨਾ ਨਹੀਂ ਸੀ ਚਾਹੁੰਦੇ। ਮਜੀਠੀਏ ਹੋ ਗਏ, ਬੇਦੀ ਹੋ ਗਏ, ਇਹ ਕਹਿੰਦੇ ਵੀ ਨਾ ਇਹ ਆਪਾਂ ਇਹਨਾਂ ਨਾਲ ਨਹੀਂ ਵਿਗੜਨਾ, ਇਹਨਾਂ ਦੇ ਨਾਲ ਹੀ ਰਹਿਣਾ, ਹਰ ਧਰਮ ਵਾਲੀ ਗੱਲ ਤੁਸੀਂ ਕਰ ਲਓ, ਧਰਮ ਵਾਲਾ ਕੰਮ ਠੀਕ ਹੈ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਲਓ। ਗਾਂਧੀ ਪਿੱਛੇ ਤੁਰਿਆ ਫਿਰਦਾ ਸੀ, ਉਹ ਕਹਿੰਦਾ ਸੀ ਵੀ ਨਹੀਂ ਤੁਸੀਂ ਬਾਹਲਾ ਨਖੇੜਾ ਨਾ ਕਰੋ ਸਾਡੇ ਨਾਲੋਂ, ਇਹ ਮੂਰਤੀਆਂ ਪਈਆਂ ਰਹਿਣ ਦਿਓ ਦਰਬਾਰ ਸਾਹਿਬ ਤੇ, ਤੁਸੀਂ ਕਾਂਗਰਸ ਤੁਸੀਂ ਗੋਰੇ ਵਾਲੇ ਪਾਸੇ ਨੂੰ ਹੋਵੋ, ਇਹ ਜਿਹੜੀ ਧਰਮ ਵਾਲੀ ਲੜਾਈ ਹੈ ਗੋਰੇ ਵੱਲ ਨੂੰ ਸੇਧਤ ਕਰੋ ਵੀ ਅਸੀਂ ਸਨਾਤਨੀ ਧਰਮ ਚ ਆਪਾਂ ਤਾਂ ਇੱਕੋ ਹੀ ਹੈ,
ਤੁਸੀਂ ਇਹ ਜਿਹੜਾ ਜਿਹਾਦ ਜਿਹੜਾ ਕ੍ਰੂਸੇਡ ਜਿਹੜਾ ਕਰਨਾ ਬਾਹਰਲੇ ਜਿਹੜੇ ਭਾਰਤੀ ਧਰਮ ਨੇ ਨਾ ਮੁਸਲਮਾਨ ਤੇ ਈਸਾਈ ਇੱਧਰ ਨੂੰ ਤੁਸੀਂ ਹੋ ਉਹ ਇਹ ਚੱਕਰ ਚ ਫਿਰਦਾ ਸੀ ਦੋਨਾਂ ਦੇ ਮਨਸੂਬੇ ਇੱਕੋ ਹੀ ਸੀ ਵੀ ਕੌਮ ਨੂੰ ਢਾ ਕਿਵੇਂ ਲਾਉਣੀ ਹੈ ਇੱਕ ਸਫੈਦ ਪੋਸ਼ ਲਾਣਾ ਜਿਹੜਾ ਉਹ ਨੇੜੇ ਸੀ ਗੋਰਿਆਂ ਦੇ ਦੂਜਾ ਜਿਹੜਾ ਸੀ ਉਹ ਵੀ ਗਲਬ ਕਰਨਾ ਚਾਹੁੰਦਾ ਸੀ ਜਜ਼ਬ ਕਰਨਾ ਚਾਹੁੰਦਾ ਸੀ ਉਹ ਕਹਿੰਦਾ ਤੁਸੀਂ ਗੋਰਿਆਂ ਵੱਲ ਨੂੰ ਹੋ ਜਾਓ ਇੱਕ ਜਿਹੜੇ ਸੀ ਉਹ ਕਹਿੰਦੇ ਸਾਡੀਆਂ ਬੱਗੀਆਂ ਟਮਟਮਾਂ ਛੇ ਛੇ ਘੋੜਿਆਂ ਵਾਲੀਆਂ ਜੁੜੀਆਂ ਹੋਈਆਂ ਨੇ ਤੇ ਸਕਰਟਾਂ ਪਾ ਕੇ ਗੋਰੀਆਂ ਰਾਤ ਨੂੰ ਰੋਟੀ ਖਾਣ ਆਉਂਦੀਆਂ ਨੇ ਮਜੀਠੀਏ ਅਰਗੇ ਕਹਿੰਦੇ ਵੀ ਅਸੀਂ ਕਾਹਨੂੰ ਵਿਗੜਨਾ ਤੇ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਸ਼ੁਰੂ ਜਦ ਹੋਈ ਜਦ ਗੁਰਮਤ ਵਿਰੋਧੀ ਰੋਹ ਰੀਤਾਂ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਕਾਇਮ ਹੋ ਗਈਆਂ ਉਦਾਸੀ ਮਹੰਤਾਂ ਨੇ ਹਿੰਦੂ ਪਰੰਪਰਾ ਦੇ ਹਿਸਾਬ ਨਾਲ ਚੇਲੇ ਗਾਹਾਂ ਕਰਨੇ ਸ਼ੁਰੂ ਕਰ ਦਿੱਤੇ ਗੁਰਦੁਆਰੇ ਦੀਆਂ ਜਾਇਦਾਦਾਂ ਮਹੰਤਾਂ ਦੇ ਨਾਂ ਅੱਗੇ ਹੋ ਗਈਆਂ ਨਹਿਰਾਂ ਨਿਕਲਣ ਕਰਕੇ ਪਹਿਲਾਂ ਤਾਂ ਜ਼ਮੀਨ ਉਈਓ ਸੀ ਨਹਿਰਾਂ ਪਾਣੀ ਆਉਣ ਲੱਗ ਗਿਆ ਪੈਸਾ ਬਣਨ ਲੱਗ ਗਿਆ ਤੇ ਬੇਨਿਜ਼ਮੀਆਂ ਜਦ ਗੁਰਦੁਆਰਿਆਂ ਦੇ ਵਿੱਚ ਹੋਣ ਲੱਗੀਆਂ ਤਾਂ ਸਿੰਘ ਸਭਾ ਲਹਿਰ ਆ ਜਿਹੜੀ ਉਹ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਾ ਵੜੀ ਅੱਛਾ ਹੁਣ ਉਹ ਕਹਿੰਦੇ ਵੀ ਇਹਨੂੰ ਸਾਂਭੋ ਹੁਣ ਫਿਰ ਜਦੋਂ ਗੁਰਦੁਆਰਾ ਸਿੰਘ ਸਭਾ ਲਹਿਰ ਦੇ ਵਿੱਚੋਂ ਨਵਾਂ ਰੂਪ ਪਾ ਕੇ ਜਦ ਲਾਵਾ ਵਗਣ ਲੱਗਿਆ ਸੁੰਦਰ ਸਿੰਘ ਮਜੀਠੀ ਹੋਣੀ ਕਹਿੰਦੇ ਸਾਂਭੋ ਇਹ ਤਾਂ ਖੇ ਇਹ ਤਾਂ ਗਿਆ ਲਾਲਾ ਹੱਥੋਂ ਨਿਕਲ ਗਿਆ ਲਾਵਾ ਉਹ ਕਹਿੰਦੇ ਇਉਂ ਕਰੋ ਫਿਰ ਹੁਣ ਚੀਫ ਖਾਲਸਾ ਦੀਵਾਨ ਬਣਾਓ ਚੀਫ ਖਾਲਸਾ ਦੀਵਾਨ 1902 ਚ ਬਣਾ ਲਈ ਤੇ ਉਹਦਾ ਬਾਨੀ ਸਕੱਤਰ ਸੁੰਦਰ ਸਿੰਘ ਮਜੀਠੀ ਆ ਜਿਹੜਾ 1921 ਤੱਕ 19 ਸਾਲ ਰਿਹਾ ਜਿਹੜੀਆਂ ਨਾ ਇਹ ਗੱਲਾਂ ਚੱਲਦੀਆਂ ਸੀ ਜਿਹੜੀਆਂ ਚੈਲੰਜ ਹੋਏ ਰਾਜਨੀਤਿਕ ਪਿੱਠ ਭੂਮੀ ਚ ਡਵਾਇਰ ਨੇ ਜਦ ਗੋਲੀ ਚਲਾਈ ਜਨਰਲ ਡਾਇਰ ਨੇ ਸੋਰੀ ਤਾਂ ਉਹ ਉਹਨੂੰ ਰਾਤ ਦਾ ਖਾਣਾ ਮਜੀਠੀਆਂ ਨੇ ਦਿੱਤਾ ਜੇ ਤੁਸੀਂ ਦੇਖਦੇ ਹੋ ਨਾ ਆਹ ਕਹਾਣੀਆਂ ਦੇ ਵਿੱਚ ਇਹ ਬਿਲਕੁਲ ਇਹ ਪ੍ਰਥਾ ਹੀ ਹੈ ਉਹ ਗੋਰਿਆਂ ਦੀ ਜਗ੍ਹਾ ਟਰਾਂਸਫਰ ਆਫ ਪਾਵਰ ਹੋ ਗਈ ਕਾਲੇ ਆ ਗਏ ਫਿਰ ਉਹੀ ਜਾਰੀਆਂ ਕਾਲਿਆਂ ਨਾਲ ਹੋ ਗਈ ਆ ਤਾਂ ਹੀ 5-7 ਅਲੀਟ ਪਰਿਵਾਰ ਪੰਜਾਬ ਦੇ ਉਹ ਉਸ ਤਰ੍ਹਾਂ ਹੀ ਤੁਰੇ ਆਉਂਦੇ ਉਹ ਕਹਿੰਦੇ ਪਹਿਲਾਂ ਨਾਲ ਸੀ ਉਹੀ ਜਿਹੜੇ ਨੇ ਅਗਲੇ ਛੱਡ ਕੇ ਜਿਵੇਂ 400 BC ਦੀ ਪਹਿਲਾਂ SHO ਆ ਕੇ ਨਾ ਕਹਿੰਦਾ ਉਹ ਕੱਢੋ 12 ਨੰਬਰੀ ਹੋਏ 10 ਨੰਬਰੀਆਂ ਦੀ ਲਿਆ ਗਿਣਤੀ ਜਿੱਧਰ 10 ਨੰਬਰੀਆਂ ਦੀ SHO ਕਢਾਉਂਦਾ ਮੁੜਸ਼ੀ ਨੂੰ ਕਹਿੰਦਾ ਲਿਆ ਦੇਖ ਕਿਹੜੇ ਕਿਹੜੇ ਨੇ ਤੀਜੇ ਦਿਨ ਜਿਹੜੇ ਆਲੇ ਦੁਆਲੇ ਦੇ ਹੁੰਦੇ ਨੇ ਟੁੱਕੜ ਬੋਚ ਮੁਖਬਰ ਨੇ ਝੋਲੀ ਚੁੱਕ ਨੇ ਉਹ ਆਉਣ ਲੱਗ ਜਾਂਦੇ ਨੇ ਉਹ ਕਹਿੰਦੇ ਸਰਦਾਰ ਜੀ ਪਹਿਲਾਂ ਸਰਦਾਰ ਬਹੁਤ ਲੋੜ ਸੀ ਸਾਡੇ ਨਾਲ ਤੇ ਰੋਟੀ ਪਾਣੀ ਖਾਂਦਾ ਹੁੰਦਾ ਸੀ ਸਾਡੇ ਘਰੇ ਆ ਕੇ ਉਹ ਤੇ ਤੁਸੀਂ ਵੀ ਸਰਦਾਰ ਜੀ ਆਇਆ ਕਰੋ ਉਹ ਕਹਿੰਦਾ ਆ ਜਾਗੇ ਮੁਰਗਾ ਬਣਾ ਲਈ ਜਿੱਦਣ ਮਰਜ਼ੀ ਆ ਜਾਗੇ ਜਿੱਦਣ SHO ਪਹਿਲਾਂ ਤਾਂ ਘੋੜੀਆਂ ਤੇ ਆਉਂਦੇ ਸੀ ਨਾਲ ਸਾਈਕਲਾਂ ਦੇ ਨਾਲ ਰੂਲ ਬੰਨੇ ਹੁੰਦੇ ਸੀ ਤੇ ਫਿਰ ਹੌਲੀ ਹੌਲੀ ਜੀਪਾਂ ਆ ਗਈਆਂ ਜਾਂ ਦਰਾਂ ਮੂਹਰੇ ਪਿੰਡ ਚ SHO ਦੀ ਵੱਡਾ ਸਰਦਾਰ ਕਹਿੰਦੇ ਜਦ ਆ ਗਿਆ ਪਿੰਡ ਉਹ ਸੁੱਕਣੇ ਪਾ ਦਿੰਦਾ ਤੇ ਪਿੰਡ ਚ ਜਿੱਦਣ ਸਿਰ ਪਾੜਦਾ ਉਹ ਕਹਿੰਦੇ ਫਲਾਣੇ ਨੂੰ ਲੈ ਕੇ ਚੱਲੋ ਉਹਦੇ ਰਾਤ SHO ਆਇਆ ਇਹੀ ਪਰਿਵਾਰ ਸਰਦਾਰ ਕਹਿੰਦੇ ਸੋ ਇਹ ਹੁਣ ਇਹ ਵਰਗ ਆ ਜਿਹੜਾ ਉਹ ਕਹਿੰਦੇ ਸੀ ਵੀ ਠੀਕ ਹੈ ਸਿੱਖੀ ਜਿਹੜੀ ਸਿਧਾਂਤਾਂ ਦੀ ਨੀ ਆਪਾਂ ਗੱਲ ਕਰ ਗੁੱਡ ਲੁਕਿੰਗ ਸਿੱਖ ਚਾਹੀਦੇ ਨੇ ਆਪਾਂ ਨੂੰ ਜਿਹੜੇ ਵਧੀਆ ਹੋਣ ਵਧੀਆ ਕੱਪੜੇ ਪਾਉਣ ਹੁਣ ਵੀ ਗੁੱਡ ਲੁਕਿੰਗ ਸਿੱਖ ਹੈਗੇ ਨੇ ਬਹੁਤ ਜਿਹੜੇ ਚੰਗੇ ਲੱਗਦੇ ਕੱਲ ਮੈਂ ਤੁਹਾਨੂੰ ਸੁਣਾਉਂਦਾ ਸੀ ਗੱਲਾਂ ਬਾਤਾਂ ਜਰੀ ਵਾਲਿਆਂ ਦੀਆਂ ਉਹ ਕਹਿੰਦੇ ਸੀ ਗੁੱਡ ਲੁਕਿੰਗ ਸਿੱਖ ਸਿਧਾਂਤਾਂ ਦੀ ਨਾ ਗੱਲ ਕਰ ਸਿਧਾਂਤਾਂ ਸਹੂਲਤਾਂ ਦੀ ਨੀ ਗੱਲ ਕਰਨੀ ਆਪਾਂ ਆਪਾਂ ਇਹ ਵੀ ਗੁੱਡ ਲੁਕਿੰਗ ਵੀ ਦਿਖਾਉਣਾ ਤੁਹਾਨੂੰ ਐਨ ਫਿਰ ਦੂਜੇ ਬਾਅਦ ਮਤਲਬ ਮਾਡਲਿੰਗ ਵਾਲਾ ਜਲਵਾ ਵੀ ਦਿਖਾਵਾਂਗੇ ਤੇ ਉਹ ਇਸ ਤਰ੍ਹਾਂ ਹੀ ਇਹ ਜਿਹੜਾ ਖਾਲਸਾ ਚੀਫ ਖਾਲਸਾ ਦੀਵਾਨ ਦੀ ਲੀਡਰਸ਼ਿਪ ਜਿਹੜੀ ਤੇ ਉਹਨਾਂ ਨੇ ਵੀ ਸਿੰਘ ਸਭਾ ਲਹਿਰ ਜਿਹੜੀ ਲਾਹੌਰ ਤੋਂ ਬਿਨਾਂ ਵਾਲੀਆਂ ਲਹਿਰਾਂ ਸੀ ਜਿੰਨੀਆਂ ਉਹਨਾਂ ਦੀ ਵਿਰਾਸਤ ਅੱਗੇ ਰੱਖੀ ਉਹ ਅੰਦੋਲਨ ਕਹਿੰਦੇ ਅਸੀਂ ਕਰਾਂਗੇ ਮੰਗ ਪੱਤਰ ਦੇਵਾਂਗੇ ਤੁਹਾਡੇ ਲੈ ਕੇ ਜਾਂਦੇ ਹਾਂ ਬਾਹਰਲਾ ਸਾਡਾ ਠੀਕ ਹੈ ਸਾਰਾ ਠੀਕ ਚਾਹੀਦਾ ਲੜਨਾ ਨਹੀਂ ਹੈ ਤੇ ਅੰਗਰੇਜ਼ਾਂ ਦੀ ਜਿਹੜੀ ਸਿੱਖਾਂ ਪ੍ਰਤੀ ਯੁੱਧ ਨੀਤਕ ਜਿਹੜੀ ਉਹਨਾਂ ਦੀ ਪਹੁੰਚ ਸੀ ਗੁਰਦੁਆਰਿਆਂ ਦੀ ਉਹਨਾਂ ਨੂੰ ਇਹ ਸੀ ਕਿ ਗੁਰਦੁਆਰਿਆਂ ਦੀ ਅਤੇ ਸਿੱਖ ਲੀਟ ਜਿੰਨੇ ਪਤਵੰਤੇ ਨੇ ਤੇ ਉਹ ਇਹ ਬੰਦੇ ਸਾਨੂੰ ਸਾਹਮਣੇ ਪੈਣੇ ਨੇ ਕਿਉਂਕਿ ਉਹਨਾਂ ਜਚਾਤਾ ਇਹ ਸੀ ਵੀ ਇਹ ਸਾਡੇ ਨਾਲ ਹੀ ਆ ਜਗਾੜ ਇਹ ਤੇ ਸਿੱਖ ਜਗਤ ਦੇ ਨਾਲ ਉਹ ਆਪਣੇ ਨਾਲ ਕੰਟਰੋਲ ਕਰਨ ਦੇ ਲਈ ਉਹ ਕਹਿੰਦੇ ਇਹ ਕਾਰਗਰ ਔਜ਼ਾਰ ਨੇ ਇਹ ਚੀਫ ਖਾਲਸਾ ਦੀਵਾਨ ਆ ਹੁਣ ਇਹ ਚੀਫ ਖਾਲਸਾ ਦੀਵਾਨ ਵਾਲਿਆਂ ਦਾ ਦੇਖਿਆ ਹੀ ਆ ਤੁਸੀਂ ਪਿੱਛੇ ਜੇ ਜਦ ਕਾਂਡ ਹੋਇਆ ਸੀ ਇੱਕ ਨੇ ਇੱਕ ਕੀ ਕਰਦਾ ਰਿਹਾ ਮੁੰਡਾ ਫਿਰ ਮੁੜ ਕੇ ਗੋਲੀ ਮਾਰ ਗਿਆ ਹੁੰਦਾ ਤਾਂ ਜਿਹੜਾ ਕੁਛ ਜਿਹੜਾ ਕੌਮ ਦੇ ਨਾਲ ਵਿਰੋਧ ਕਰਨਾ
ਧਰੋਹ ਕਰਨਾ ਲੁਕਮਾ ਜਾਂ ਬਾਹਰ, ਇੱਕ ਵਾਰ ਅੰਤ ਤਾਂ ਹੋਣਾ ਹੀ ਹੈ। ਸੱਚੀ ਸੁੱਚੀ ਕੌਮ ਦੇ ਨਾਲ, ਕੌਮ ਦਾ ਇੱਕ ਅੰਗ ਹੋ ਕੇ, ਇੱਕ ਵੱਡੇ ਪੱਧਰ ਤੇ ਬੈਠ ਕੇ ਜਦ ਕੌਮ ਦੇ ਨਾਲ ਗਦਾਰੀਆਂ ਕਰਨੀਆਂ ਤੇ ਇੱਕ ਦਿਨ ਤਾਂ ਗੱਲ ਨਿਬੜਨੀ ਹੈ। ਇਹ ਨੀ ਕਹਾਣੀ ਹੈ ਕੋਈ ਕੌਮ ਦੇ ਵਿੱਚ। ਹੁਣ ਪਿੱਠੂ ਕੁਛ ਸਮਾਂ ਵਧੀਆ ਲੱਗਦਾ ਉਹਨਾਂ ਨੂੰ, ਪਰ ਦੇਖ ਲਿਓ ਆ ਜਿਹੜੇ ਪੰਜਾਬ ਚ ਰਾਜ ਕਰਦੇ ਆ ਉਹਨਾਂ ਦੇ ਇਹੋ ਜਿਹੇ ਲੋਲੇ ਜੰਮੇ ਹੋਏ ਆ, ਉਹਨਾਂ ਨੂੰ ਪਤਾ ਨੀ ਲੱਗਦਾ ਜਿਹੜੀ ਗੱਲ ਕਿੱਥੇ ਕੀ ਕਹਿਣੀ ਆ, ਉਹ ਰਲ ਕਹਿ ਕੇ ਕਹਿ ਜਾਂਦੇ। ਡਲਿਆ ਚ ਤੁਰਦੇ ਫਿਰਦੇ ਨੂੰ ਪੁੱਛ ਲਾ ਵੀ ਗੱਲ ਕਿਵੇਂ ਕਰੇ, ਕਹਿੰਦਾ ਬਹਿ ਜਾ ਮੈਂ ਸੁਣਾ ਦਿੰਦਾ ਤੈਨੂੰ ਕਿਵੇਂ ਗੱਲ ਆ ਇਹ, ਐਨ ਸੁਣਾਓ। ਆ ਜਿਹੜੇ ਸਨੌਰ ਪੜ ਗਏ ਜੀ, ਅਸੀਂ ਦੂਨ ਪੜ ਗਏ ਜੀ, ਇਹਨਾਂ ਦੇ ਕਿਸੇ ਦੇ ਪੱਲੇ ਕੁੱਖ ਕੱਖ ਨੀ, ਉਹ ਹੋਰੇ ਕੁਛ ਕਹਿ ਕੇ ਜਾਣਗੇ। ਜੇ ਪੱਲੇ ਕੱਖ ਹੋਊ ਗੁਰਦੇ ਹੈ ਨੀ, ਪੈਰ ਗੱਡਣ ਦੀ ਗੱਲ ਹੈ ਨੀ, ਤਾਲੀਆਂ ਠੋਕ ਲਓ, ਆਹ ਖੋਚ ਲਓ, ਆਹ ਖੋਲੋ, ਗੱਲਾਂ ਨੇ ਉਹ। ਮਤਲਬ ਜਿਹੜਾ ਡਲਿਆ ਚੋਂ ਤੁਰ ਕੇ ਆਇਆ ਬੁੱਢੇ ਜੀ ਦੇ ਪਰਨਾ ਹੈ, ਉਹ ਕਹਿੰਦਾ ਲੈ ਗੱਲ ਕਰਕੇ ਤੈਨੂੰ ਦੱਸਦਾ ਵੀ ਕੀ ਕਹਾ ਰਹੀ। ਫਾੜੀਆਂ ਵਾਲੀ ਦਸਤਾਰ ਦੇ ਨਾਲ ਕੌਮਾਂ ਨੀ ਚੱਲਦੀਆਂ, ਮੜਾਸੇ ਵਾਲੇ ਚਲਾਉਂਦੇ ਆ। ਪੜ੍ਹਿਆ ਲਿਖਿਆ ਵਰਗ, ਬੁੱਧੀਜੀਵੀ ਵਰਗ, ਸੰਤ ਜਰਨੈਲ ਸਿੰਘ ਖਾਲਸਾ ਨੇ ਕੋਈ ਧਾਰਮਿਕ ਵਿਦਿਆ ਤੋਂ ਬਿਨਾਂ ਆ ਇਹਨਾਂ ਵਾਲੀਆਂ ਪੜ੍ਹੀਆਂ ਨੀ ਸੀ, ਡਬਲ ਪੀ ਐਚ ਡੀ ਤੇ ਗੱਲ ਕਰਕੇ ਬਿਠਾ ਲਾ ਜਿਹਨੂੰ ਮੂਹਰੇ ਮਰਜ਼ੀ ਬਿਠਾ ਲਾ। ਨਿਰੁੱਤਰ ਸੀ, ਕਿਸੇ ਤੋਂ ਜਵਾਬ ਨੀ ਸੀ, ਵਿੱਚੇ ਤਵਲੀਨ ਫਿਰਦੀ ਸੀ, ਵਿੱਚੇ ਸਵਾਮੀ ਫਿਰਦਾ ਸੀ, ਵਿੱਚੇ ਅਗਨੀਵੇਸ਼ ਹੋਣੀ ਫਿਰਦੇ ਸੀ। ਉਹ ਕਹਿੰਦੇ ਆ ਜਾ ਬਹਿ ਜਾ, ਫਰੂਕ ਨੂੰ ਵੀ ਕਿਹਾ, ਕਹਿੰਦਾ ਪਿਓ ਵਰਗਾ ਬਣ ਕੇ ਦਿਖਾਈ, ਉਹ ਗੱਲ ਸੁਣ ਤੁਰੇ ਜਾਂਦੇ ਨੂੰ ਕਿਹਾ। ਕਮਲ ਕਹਿਣ ਗਿਆ ਸੀ, ਕਮਲ ਕਹਿੰਦਾ ਸੰਤ ਜੀ ਨਾ ਤੁਸੀਂ ਇਹ ਕੰਮ ਕਰੋ। ਪੌੜੀਆਂ ਉਤਰਦੇ ਕਮਲ ਨੂੰ ਕਹਿੰਦਾ, ਕਹਿੰਦਾ ਬੰਦਾ ਤੂੰ ਸਹੀ ਆ, ਪਰ ਤੇਰੇ ਚੋਂ ਕਾਮਰੇਟੀ ਨੀ ਗਈ ਹਲੇ, ਹਾਕ ਮਾਰ ਕੇ ਕਿਹਾ ਸੀ ਪਿੱਛੋਂ। ਸੋ ਇਹ ਜੇ ਤੁਸੀਂ ਕਹੀ ਨਾ ਲੀਟ ਵਰਗੇ, ਇਹ ਇਸ ਬਹੁਤ ਭਰਮ ਹੁੰਦਾ ਸਾਰੀ ਸੁਸਾਇਟੀ, ਸਾਰੇ ਇੱਕ ਇਹ ਸ਼ਬਦ ਜਿਹੜਾ ਖਾਲੀ ਸ਼ਾਇਦ ਮੁਆਸ਼ਰਾ ਕਹਿੰਦੇ ਹੁੰਦੇ ਨੇ, ਉਹਦੇ ਚ ਵੀ ਹੁੰਦਾ ਸਾਰੇ ਮੁਆਸ਼ਰੇ ਦੇ ਵਿੱਚ ਇਹੋ ਜਿਹਾ ਕੋਈ ਕਹਿੰਦੇ ਹੁੰਦੇ ਬਹੁਤ। ਉਹ ਕਹਿੰਦੇ ਵੀ ਜਿਹੜਾ ਇਹ ਇਹ ਚੀਫ ਖਾਲਸਾ ਦੀਵਾਨ ਸੀ, ਉਹ ਕਹਿੰਦਾ ਰਾਜ ਕਰੇ ਕਿ ਲੜ ਮਰੇ, ਇਹ ਨੀ ਸਾਨੂੰ ਫਿੱਟ ਯਾਰ, ਇਹ ਨਾ ਤੁਸੀਂ, ਆਪਾਂ ਕਰਦੇ ਹਾਂ ਮੰਗ ਪੱਤਰ ਦੇਵਾਂਗੇ, ਗੱਲ ਹੋਊ। 1881 ਚ ਸੀਨੀਅਰ ਬਰਤਾਨਵੀ ਅਧਿਕਾਰੀ ਨੇ ਨਾ ਵਾਇਸ ਰਾਏ ਲਾਰਡ ਰਿਪਨ ਨੂੰ ਇੱਕ ਲਿਖ ਕੇ ਕਿਹਾ, ਕਹਿੰਦਾ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਕੂਮਤੀ ਕੰਟਰੋਲ ਤੋਂ ਬਾਹਰਲੇ ਹੱਥਾਂ ਚ ਜੇ ਦੇਤਾ ਸਿਆਸੀ ਤੌਰ ਤੇ ਥੋੜਾ ਪਤਨ ਹੈ, ਇੱਥੋਂ ਹੀ ਤੁਰਨੀ ਆ ਗੱਲ। ਮੀਰੀ ਤੇ ਪੀਰੀ ਆਹ ਜਿਹੜਾ ਜਿਹਦੇ ਚ 18ਵੀਂ ਸਦੀ ਦੇ ਵਿੱਚ ਨਾ ਚੱਪੇ ਚੱਪੇ ਤੇ ਲੱਗਦੇ ਪਹਿਰਿਆਂ ਚ ਬਿਜਲੀ ਦੀ ਲਿਸ਼ਕੋਰ ਨਾਲ ਆ ਕੇ ਜਦ ਖੜਦੇ ਸੀ ਆ ਕੇ ਸਰੋਵਰ ਤੇ ਚੁੱਭੀ ਲਾ ਕੇ ਜਾਂਦੇ ਤੇ ਸ਼ਹੀਦੀਆਂ ਦਿੰਦੇ, ਤੇ ਇਹਨਾਂ ਨੂੰ ਇਹਨਾਂ ਤੋਂ ਬਿਰਵਾ ਰੱਖ, ਜੇ ਇਹ ਇੱਥੇ ਇਕੱਠੇ ਹੋ ਗਏ ਜਿੱਦਣ ਇਹ ਅੰਦਰੋਂ ਚੱਪ ਮਾਰ ਕੇ ਤੇ ਕੁਣਕਾ ਛੱਕ ਕੇ ਉੱਠਦੇ ਨੇ ਬਾਹਰੋਂ ਕਹਿ ਕੇ, ਉਹਦੇ ਬਾਅਦ ਫਿਰ ਇਹ ਬੰਦਾ ਹੀ ਘੇਰਦੇ ਨੇ, ਫਿਰ ਹੋਰ ਨੀ ਗੱਲ ਕਰ, ਇਹ ਸਟੇਸ਼ਨ ਹੈ। ਤਾਂ ਹੀ ਕਹੀਦਾ ਵੀ ਕੌਮ ਦੇ ਦੁੱਖਾਂ ਦਾ ਹੱਲ ਹੈ ਜਿਹੜਾ ਗੁਰਦੁਆਰਾ ਸਾਹਿਬ ਹੈ। ਇਹ ਨੀ ਹੈ ਵੀ ਗੋਲਕ ਕਿੱਡਾ ਵੱਡਾ ਤੇ ਕੀ ਆਹ ਕਰਦਿਆਂਗੇ ਅਸੀਂ, ਵਾਹ ਕਰਦਿਆਂਗੇ ਅਸੀਂ, ਜੇ ਕਰਦਿਆਂਗੇ ਅਸੀਂ, ਉਹ ਚਿਹਰੇ ਮੂਹਰੇ ਸਾਫ਼ ਜੇ ਕਰਕੇ ਬੋਲਣੀ ਆ ਕੇ ਗੱਲਾਂ ਤੇ ਅਸੀਂ ਹੁਣ ਆਹ ਕਰ ਰਹੇ ਹਾਂ, ਹੁਣ ਆਹ ਲੈ ਜਾਂਗੇ, ਬੱਸਾਂ ਲੈ ਜਾਂਗੇ, ਬੱਸਾਂ ਲੈ ਆਵਾਂਗੇ, ਬੱਸਾਂ ਬੁੱਸਾਂ ਨਹੀਂ, ਗੱਲ ਇਹ ਦੱਸੋ ਵੀ ਮਹੀਨੇ ਦੇ ਦਮੜੇ ਕਿੰਨੇ ਬਣਦੇ ਆ, ਸਵਾਦ ਉਹ ਵੀ ਦੱਸਣ ਦੀ ਨਾਲ ਲੋੜ ਆ ਵੀ ਠਿਣਕੇ ਤੇ ਠਣਕਾ ਕਿੰਨਾ ਠਣਕਾ ਪੈਂਦਾ। ਸੋ ਇਹ ਲਾਰਡ ਰਿਪਨ ਨੂੰ ਜਦ ਉਸਨੇ ਕਿਹਾ, ਉਹ ਕਹਿੰਦਾ ਵੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਆ ਜਿਹੜਾ ਸਰਕਾਰੀ ਕੰਟਰੋਲ ਦੇ ਵਿੱਚ ਰੱਖਣਾ ਜ਼ਰੂਰੀ ਹੈ, ਤਾਂ ਫਿਰ ਮੈਨੇਜਰ ਜਿਹੜੇ ਸਰਬਰਾਹ ਜਿਹੜਾ ਦਰਬਾਰ ਸਾਹਿਬ ਦੀ ਨਿਯੁਕਤੀ ਸਰਕਾਰ ਵੱਲੋਂ ਹੁੰਦੀ, ਫਿਰ ਮੈਨੇਜਰ ਦੀ ਸਰਬਰਾਹ ਦੀ। ਅੱਛਾ, 1906 ਦੇ ਵਿੱਚ 20ਵੀਂ ਸਦੀ ਦੇ ਸ਼ੁਰੂ ਚ ਗਰਮ ਦਲੀਏ ਚੀਫ ਖਾਲਸਾ ਦੀਵਾਨ ਨਾਲ ਬਹਿ ਗਏ, ਉਹ ਕਹਿੰਦੇ ਇਹ ਨੀ ਸਾਨੂੰ ਹੋਣ ਦੀ ਕਹਾਣੀ, ਇਹ ਕਿਉਂ ਰੱਖਦਾ ਸਾਡਾ, ਇਹ ਦਰਬਾਰ ਸਾਹਿਬ ਤੇ ਉੱਪਰ ਜੇ ਖਾਲਸੇ ਦਾ ਕੰਟਰੋਲ ਹੀ ਹੈ ਨੀ, ਜਿਹੜੀ ਭੇਟਾ ਚੜ੍ਹਦੀ ਉਹ ਪੰਥ ਦੀ ਨਹੀਂ, ਤਾਂ ਪ੍ਰਬੰਧ ਸਿੱਖਾਂ ਦੇ ਕੋਲ ਹੈ ਨੀ, ਇੰਨੇ ਜੋਗੇ ਵੀ ਨੀ ਸਿੱਖ, ਵੀ ਧਾਰਮਿਕ ਸਥਾਨ ਸਾਡਾ ਆਪਣੇ ਸਾਡੇ ਬਾਪੂ ਦਾ ਖਰੀਦਿਆ ਹੋਇਆ ਚੱਕ, ਇੱਥੇ ਪਾਤਸ਼ਾਹੀਆਂ ਮੀਰੀ ਤੇ ਪੀਰੀ ਦੇ ਸੰਕਲਪ ਇੱਥੇ ਹੋਏ, ਇੱਥੇ ਵਧੀਆ ਨਸਲਾਂ ਵਧੀਆ ਘੋੜੇ ਇੱਥੇ ਚੜ੍ਹਦੇ ਰਹੇ, ਇੱਥੇ ਦਾ ਇਮੋਰਟਲ ਤਖ਼ਤ, ਤੇ ਤੁਸੀਂ ਇਹਦੇ ਤੇ ਮੈਨੇਜਰ ਬਣਾਈ ਬੈਠੇ ਹੋ। ਚੀਫ ਖਾਲਸਾ ਦੀਵਾਨ ਵਾਲੇ ਸੁੰਦਰ ਸਿੰਘ ਨੇ ਕਹਿੰਦੇ ਨਾ ਨਾ ਆਪਾਂ ਇਹ ਨੀ ਗੱਲ ਕਰਨੀ, ਆਪਾਂ ਗੱਲ ਕਰਦੇ ਹਾਂ ਜਿਵੇਂ ਇੱਥੇ ਕਹਿੰਦੇ ਵੀ ਵਿਲ ਹੈਵ ਏ ਚੈਟ, ਯੂ ਨੋ, ਇਸ ਤਰ੍ਹਾਂ ਹੀ ਉਹ ਕਹਿੰਦਾ ਹੋਊ। ਜਦ ਪੰਥ ਸੇਵਕ ਇੱਕ ਸਿੱਖ ਸਪਤਾਹ ਪੱਤਰ ਸੀ ਦਰਬਾਰ ਸਾਹਿਬ ਦੀ ਪ੍ਰਬੰਧਕ ਹੇਠਾਂ ਜਿਹੜੀ, ਜਦ ਇਹਦੇ ਤੇ ਫਿਰ ਗੱਲ ਹੋਈ ਤੇ ਉਹੀ ਗੱਲ ਰਕਾਬਗੰਜ ਦੀ ਹੋਈ। ਰਕਾਬਗੰਜ ਦਾ ਕਾਰਨ ਕੀ ਸੀ, ਜਦ ਫਰੰਗੀ ਨੇ ਕਲਕੱਤੇ ਤੋਂ ਜਿਹੜੀ ਰਾਜਧਾਨੀ ਦਿੱਲੀ
मूव की राष्ट्रपति राष्ट्रपति भवन राह चौड़ा करने रकाबगंज गुरद्वारा साहब की कंध ढाली। हुण अंतरीर समझो गल जी लगता ना भी ऐ लै ली एह इस तरह ही मिल गई अहिंसा परमो धर्म नाल मिल गई। इथों चीजा शुरू हुई चिणक दया जिहड़ियां आजादी दियां चिणकदियां चाहे सिखां ने अपनी मंगां लई कीतियां पर जद उहदे च गुलामी दिखी उहदे विचों चीजां प्रगट होईयां। राज मुक गया, राज तो पहला चैप्टर छड्ड दिओ, पहला चैप्टर अंग्रेजां दे तों पहला शब्द जिहड़ा जकड़ी है नाल नवाबी लै के 1849 च जद दुबारा फिर गुलाम हो गए, फिर फिरंगी का जिहड़ा जूड़ा लाया 1849-1947 ये 100 साल का जिहड़ा समां तां ही हुण जिहने जोर लाया घर का जिहड़ा लानेदार है जिन्हें 3 किलिया तो 30 बनाए वो टब्बर दे विच बैठ के कहूगा तुसी बिघा लैके दिखाओ मैं 27 लाए ने नाले 7-8 जवाक ब्याहे ने नाले थोनू कालजां च बढ़दा कीता नाल थोनू मकान पा के दिता चुवारे पाए ठीक है तुसी लैके दिखाओ। इउं ही कौम दे विच उही गल 47-84 तक गई जद कौम नू विरवा कीता जवाहर लाल नहरू होनी पढ़ के इंग्लैंड तो जाके ते फिर गल्लां करन लगे उहनू उहनां क्योंकि जिन्हां ने टेगा मारियां सी उह कहिंदे वी तूं आ सानू की दसना पता तुसीं कित्थे सी जिद्दण असीं हिक्कां डाहियां अमृतसर जां असीं हिक्कां डाहियां ननकाणा साहिब जां बाबे के बेर जां फिर असीं जैतो दे मोर्चे आप जी कहां थे तुसीं तां बैठे सी नहर दे कंढे बंगलियां च नहर कढा के तुसीं थोनूं की पता ब्रिस्टर एंड सोलिस्टर तुसीं तां फिरदे सी कोई ਫਿਰਦਾ ਸੀ ਇੰਗਲੈਂਡ ਪੜ੍ਹਿਆ ਕੋਈ ਕਿਤੇ ਫਿਰਦਾ ਸੀ। ਗਾਂਧੀ ਨੇ ਜਗਾੜ ਉਈ ਜੱਕਾ ਹੱਕ ਲਿਆ ਕੇ ਮੈਨੂੰ ਟ੍ਰੇਨ ਚੋਂ ਕੱਢਤਾ ਕਰਨਲ ਨੇ ਕਿਹਾ ਕਹਿੰਦੇ ਤੈਨੂੰ ਕਿਸੇ ਟ੍ਰੇਨ ਜਿਹੜੀ ਟ੍ਰੇਨ ਤੂੰ ਕਹਿ ਰਹਾ ਉੱਥੇ ਟ੍ਰੇਨ ਜਾਂਦੀ ਉਹ ਨਹੀਂ ਸੀ। ਸੋ ਇਹ ਜਿਹੜਾ ਉਸ ਤੋਂ ਬਾਅਦ ਜਦ ਇਹਨਾਂ ਨੇ ਚੜਾਈ ਵਧਾਉਣ ਦੇ ਲਈ ਨਾ ਆਪਣੀ ਵਾਇਸਰੀਗਲ ਜਿਹੜਾ ਅਜੋਕਾ ਰਾਸ਼ਟਰਪਤੀ ਭਵਨ ਹੈ 1913 ਚ ਲੋਕ ਨਿਰਮਾਣ ਮਹਿਕਮੇ ਨੇ ਰਕਾਬਗੰਜ ਦੀ ਬਾਹਰ ਦੀ ਕੰਧ ਢਾ ਦਿੱਤੀ। ਬਸ ਫੇਰ ਜਦੋਂ ਗੁੱਸਾ ਉੱਥੇ ਫੈਲਿਆ ਤੇ ਸੰਸਥਾ ਚੀਫ ਖਾਲਸਾ ਦੀਵਾਨ ਨੂੰ ਕਹਿੰਦੇ ਵੀ ਅਸਰਦਾਰ ਕਰੋ ਕਾਰਵਾਈ ਉਹਨਾਂ ਨੇ ਕਿਵੇਂ ਫਿਰ ਮੋਢੇ ਝਾੜੇ ਵਪਾਰਕ ਸੰਦੇਸ਼ ਲੈਣ ਮੈਂ ਵਾਪਸ ਆ ਕੇ ਸੁਣਾਉ। ਸੋ ਜਿਹੜਾ ਜਦ ਰਕਾਬਗੰਜ ਵਾਲੀ ਜਦ ਇਹ ਢਾ ਦਿੱਤੀ ਕੰਧ ਉਸ ਤੋਂ ਇਸ਼ੂ ਜਿਹੜਾ ਅਗਲਾ ਚੱਲਿਆ ਕੌਮ ਨੇ ਕਿਉਂਕਿ ਪ੍ਰਮੁੱਖ ਨੁਮਾਇੰਦਾ ਜਿਹੜੀ ਸੰਸਥਾ ਚੀਫ ਖਾਲਸਾ ਦੀਵਾਨ ਉਹਨੂੰ ਕਹਿੰਦੇ ਵੀ ਕੰਮ ਹੁਣ ਇਸ਼ੂ ਕਰੋ ਉਹ ਕਹਿੰਦੇ ਭੇਜਦੇ ਆ ਪੱਤਰ ਕਰਦੇ ਆ ਗੱਲ। ਅੱਛਾ ਬਰਤਾਨਵੀ ਅਧਿਕਾਰੀ ਇਹਦੇ ਚ ਕੋਸ਼ਿਸ਼ ਸੀ ਬਈ ਉਹਨਾਂ ਨੇ ਝੁਕਣਾ ਨੀ ਹਲੇ ਰੇੜਕਾ ਪੈਂਦਾ ਹੀ ਸੀ ਤੇ ਜਦ ਨੂੰ ਜਿਹੜੀ ਹੈ ਪਹਿਲੀ ਸੰਸਾਰ ਜੰਗ ਛਿੜਤੀ ਚਲੋ ਤਾਂ ਜੰਗ ਦਾ ਜਦ ਖਤਮ ਹੋਈ ਇਹ ਮਸਲਾ ਫਿਰ ਉੱਠ ਖੜਿਆ। ਸਿੱਖਾਂ ਕਹਿੰਦੇ ਵੀ ਢਾਈ ਹੋਈ ਕੰਧ ਅਸੀਂ ਦੁਬਾਰਾ ਜਿਹੜੀ ਇਹ ਜਿਹੜੀ ਸ਼ੁਰੂ ਹੁਣ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹ ਰਾਜ ਕਰ ਰਿਹਾ ਬੰਗਾਲ ਚ ਆ ਗਏ ਬੰਗਾਲ ਤੋਂ ਬੰਦੇ ਲੈ ਕੇ ਪੰਜਾਬ ਚ ਆ ਗਏ ਚੱਲਦਾ ਰਿਹਾ ਉੱਪਰਲਾ ਵਰਗ ਯਾਰੀ ਪਾ ਕੇ ਬਹਿ ਗਿਆ। ਪਹਿਲੀ ਲੜਾਈ ਦੇ ਵੇਲੇ ਜਿੰਨੇ ਸਫੈਦ ਪੋਸ਼ਤੀ ਜਿੰਨੇ ਚੇਲੇ ਬਾਲ ਕੇ ਸੀ ਉਹਨਾਂ ਨੇ ਵੱਧ ਤੋਂ ਵੱਧ ਭਰਤੀ ਕਰਤੀ। ਪਹਿਲੀ ਜੰਗ ਦੇ ਵਿੱਚ ਪੁਰਖੇ ਚਲੇ ਗਏ ਜਿਹੜੇ ਪਿੰਡਾਂ ਦੇ ਵਿੱਚ ਚੌਧਰੀ ਸੀ ਉਹਨਾਂ ਨੇ ਪਿੰਡਾਂ ਦੇ ਵਿੱਚ ਚਲੋ ਕੋਈ ਮਲਾਇਆ ਬੈਠਾ ਕੋਈ ਬਸਰੇ ਕੋਈ ਬਗਦਾਦ ਕੋਈ ਕੁਛ ਕਿਤੇ ਤੁਰ ਗਏ ਪਿੰਡਾਂ ਦੇ ਹਰ ਘਰ ਚੋਂ ਇੱਕ ਬਜ਼ੁਰਗ ਆਪਣਾ ਕੋਈ ਨਾ ਕੋਈ ਇੱਕ ਪਿੰਡ ਦੇ ਵਿੱਚੋਂ 200-300 ਬਜ਼ੁਰਗ ਆਏ। ਜਦੋਂ ਮੁੜ ਕੇ ਆਏ ਕਈਆਂ ਦੀਆਂ ਹੱਡੀਆਂ ਉੱਥੇ ਰੁੜ ਗਈਆਂ ਕਈ ਸਿਰਾਂ ਦੇ ਉੱਪਰ ਆਪਣੀਆਂ ਚੱਕ ਚੱਕ ਕੇ ਕਿੱਟਾਂ ਮੁੜੇ ਆਏ। ਸੋ ਇਹ ਹੁਣ ਰਵਾਇਤੀ ਸੋਚ ਤੇ ਪੈਂਤੜੇ ਤੋਂ ਇੱਧਰ ਉੱਧਰ ਜਿਹੜਾ ਕਿਉਂਕਿ ਪੈਂਤੜਾ ਕਾਹਦਾ ਸੀ ਉਹਨਾਂ ਦੇ ਜਿਹੜੇ ਪਿੱਠੂ ਸੀ ਤੇ ਕਹਾਣੀ ਇਹ ਸੀ ਵੀ ਅਸੀਂ ਲੜਨ ਚ ਨਹੀਂ ਆਉਣੀ ਗਾ ਤਾਂ ਲਾਹੌਰ ਤੋਂ ਇੱਕ ਅਕਾਲੀ ਨਾਂ ਤੇ ਸ਼ਬਦ ਅਖਬਾਰ ਉਹ ਚ 9 ਸਤੰਬਰ 1920 ਨੂੰ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਅਪੀਲ ਕਰ ਦਿੱਤੀ ਵੀ ਰਕਾਬਗੰਜ ਕੰਧ ਨੂੰ ਮੁੜ ਖੜੀ ਕਰਨਾ 100 ਸਰਲੱਥ ਯੋਧਿਆਂ ਦੀ ਲੋੜ ਹੈ। 100 ਕਿਹਾ ਤੇ 700 ਮੈਦਾਨ ਚ ਆ ਗਏ ਨਿਤਰਿਆ। ਹੁਣ ਇਸ ਨੂੰ
ਕੋਈ ਅਲੀਟ ਵਰਗ ਨੂੰ ਇਹ ਅਜੱਡਪਣਾ ਲੱਗਣਾ, ਉਹ ਕਹਿੰਦਾ ਨਾ ਪਹਿਲਾਂ ਕਾਗਜ਼ੀ ਕੱਤਰ ਪੱਤਰਕਾਈ ਕਰੋ ਤੇ ਅੰਦੋਲਨ ਅੰਦੋਲਨ ਕਰਨ ਤੋਂ ਪਹਿਲਾਂ ਅਦਾਲਤਾਂ ਚ ਜਾਓ, ਗੱਲਾਂ ਕਰੋ। ਆਹ ਕਹਾਣੀ ਜਿਹੜੀ 1913 ਤੋਂ 20 ਹੋ ਗਈ, 7 ਸਾਲ ਹੋ ਗਏ ਸੀ। ਅੱਛਾ, ਉਹਨਾਂ ਦਿਨਾਂ ਚ ਸਿਆਲਕੋਟ ਬਾਬੇ ਦੇ ਬੇਰ ਦੇ ਗੁਰਦੁਆਰੇ ਦੇ ਵਿੱਚ ਮਹੰਤ ਦੀ ਮੌਤ ਹੋ ਗਈ, ਉਹਦਾ ਵਿਰਾਸਤ ਦਾ ਚੱਲ ਗਿਆ ਚੱਕਰ, ਉਹ ਆਪਣਾ ਚੇਲਾ ਬਣਾਉਣ ਨੂੰ ਫਿਰੇ, ਉਹ ਵੀ ਨਾਲ ਚੱਲ ਪਈ ਵੀ ਇਹਦਾ ਅਸੀਂ ਗੁਰੂ ਕੌਮ ਨੂੰ ਗੁਰੂ ਬਾਬਾ ਜੀ ਦੀ ਕੌਮ ਨੂੰ ਇਹਦਾ ਸੇਵਾ ਦਿਓ। ਇਹ ਤੇ ਮਤੇ ਪਾਏ ਅਧਿਕਾਰੀਆਂ ਨੂੰ ਯਾਦ ਪੱਤਰ ਦਿੱਤੇ, ਕਾਨੂੰਨ ਦਾ ਆਸਰਾ ਕੋਈ ਸੁਣਦਾ ਉੱਥੇ? ਕੋਈ ਨਾ ਸੁਣੇ। ਭ੍ਰਿਸ਼ਟ ਮਹੰਤਾਂ ਨੂੰ ਪਰਾਂ ਕਰਨ ਦੀ ਗੱਲ ਜਿਹੜੀ ਚੱਲ ਪਈ, ਗੁਰਦੁਆਰਾ ਸੁਧਾਰ ਲਹਿਰ ਦਾ ਜਿਹੜਾ ਵਹਿਣ ਜਿਹੜਾ ਸੀ, ਉਹ ਸਰਕਾਰ ਤੋਂ ਕਈ ਵਾਰ ਲੱਗਦਾ ਬਈ ਜਿਹੜਾ ਇਹ ਗੋਰਿਆਂ ਦੇ ਖਿਲਾਫ ਘੱਟ ਹੈ, ਕਿਉਂਕਿ ਗੋਰੇ ਖਲਜਗਣ ਚ ਨੀ ਹੋ ਗਏ, ਨਹੀਂ ਤੁਹਾਡਾ ਇਹ, ਤੁਸੀਂ ਮੁਸਲਮਾਨ ਆਪਣਾ ਕਰੋ, ਹਿੰਦੂ ਆਪਣਾ ਕਰੋ, ਸਿੱਖ ਆਪਣਾ ਕਰੋ, ਜਦ ਕੋਈ ਇਸ਼ੂ ਹੋਵੇ ਤਾਂ ਸਾਡੇ ਕੋਲ ਆਏ। ਉਹਨਾਂ ਦਾ ਇਸ ਉਹ ਦਖਲ ਅੰਦਾਜ਼ੀ ਨਹੀਂ ਸੀ ਕਰਦੇ, ਪਰ ਬੰਦਾ ਆਪਣਾ ਲਿਆਉਂਦੇ। ਖਾਲਸਾ ਚੀਫ ਖਾਲਸਾ ਦੀਵਾਨ ਵਾਲਿਆਂ ਨੇ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਸੀ। ਅੱਛਾ, ਇੱਥੇ ਹੁਣ ਗਾਂਧੀ ਇਸ ਗੱਲੋਂ ਦੁਖੀ ਸੀ ਬਈ ਜਿਉਂ ਹੀ ਗੁਰਦੁਆਰਿਆਂ ਦੇ ਵਿੱਚੋਂ ਮਹੰਤ ਤੋਰੇ ਤੇ ਸਾਡੀਆਂ ਰੋਹ ਰੀਤਾਂ ਖਤਮ ਹੋ ਜਾਣੀਆਂ ਨੇ, ਸਾਡਾ ਸਿਆਪਾ ਪੈਂਦਾ। ਤੇ ਉਹ ਕਹਿੰਦਾ ਸੀ ਨਹੀਂ, ਤੁਸੀਂ ਸਭ ਆਪਾਂ ਏਕ ਹੈ, ਤੁਸੀਂ ਸਾਡੇ ਚੋਂ, ਮਹੰਤਾਂ ਨੂੰ ਵੀ ਰਹਿਣ ਦਿਓ, ਇਹਦਾ ਕੀ ਲੋੜ, ਆਪਾਂ ਨੂੰ ਕੋਈ ਫਰਕ ਨਹੀਂ। ਅੱਛਾ, ਗੁਰਦੁਆਰਿਆਂ ਦਾ ਡੇਰਿਆਂ ਅਖਾੜਿਆਂ ਨਾਲੋਂ ਨਖੇੜਾ ਕਰਨਾ ਬਹੁਤ ਜ਼ਰੂਰੀ ਸੀ ਕੌਮ ਨੂੰ, ਇਹ ਸੰਦੂਰ ਸਿੰਘ ਕਮਿਸ਼ਨ ਵਰਗਿਆਂ ਨੂੰ ਇਹ ਲੱਗਣ ਲੱਗ ਗਈ ਵੀ ਨਾ। ਕਾਰਨ ਇਹ ਸੀ ਵੀ ਦਰਬਾਰ ਸਾਹਿਬ ਦੇ ਵਿੱਚ ਦੁੱਖ ਭੰਜਣੀ ਬੇਰੀ ਦੇ ਸਾਹਮਣੇ ਇੱਕ ਕਮਰੇ ਚ ਬਹੁ ਭਜਾਵਾਂ ਵਾਲੀ ਖੜਗਧਾਰੀ ਦੇਵੀ ਦੀ ਮੂਰਤ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇਵੀ ਦੇ ਸਾਹਮਣੇ ਨੰਗੇ ਪੈਰੀ ਅਧੀਨਗੀ ਚ ਖੜੇ ਦਿਖਾਏ ਹੋਏ ਸੀ। ਹੁਣ ਉਹ ਗੱਲ ਜਦ ਬਾਬੇ ਕੇ ਬੇਰ ਦੀ ਚੱਲਣੀ ਸੀ, ਅੰਮ੍ਰਿਤਸਰ ਨੂੰ ਵੀ ਚੱਲਣੀ ਸੀ ਕਹਾਣੀ ਉਹੀ। ਉਸ ਕਰਕੇ ਗਾਂਧੀ ਨੂੰ ਇਹ ਸੀ ਵੀ ਇਹ ਇੱਧਰ ਨੂੰ ਨਾ ਆਓ, ਤੁਸੀਂ ਉੱਧਰ ਨੂੰ ਚਲੋ, ਗੋਰਿਆਂ ਵਾਲੇ ਪਾਸੇ ਨੂੰ ਚਲੋ, ਇਹਨਾਂ ਨੂੰ ਕੱਢੋ ਇੱਥੇ, ਆਪਾਂ ਤਾਂ ਇਹ ਤਾਂ ਆਪਣੇ ਘਰ ਦੀ ਗੱਲ ਹੈ। ਅੱਛਾ, ਇਹ ਹੋਇਆ ਇਹੀ ਸੀ ਵੀ ਜਦ ਆਪ ਕੌਮ ਮਹਾਰਾਜੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਗੱਲਾਂ ਹੋਈਆਂ। ਸੈਕੂਲਰ ਜਿਹੜਾ ਸ਼ਬਦ ਆ ਨਾ, ਸੈਕੂਲਰ ਸ਼ਬਦ ਇਹ ਸੱਭਿਅਕ ਲੱਗਦਾ ਅੱਜ ਦੇ ਸਮਾਜ ਦੇ ਵਿੱਚ, ਪਰ ਇਹ ਇਹ ਇੰਨਾ ਸੱਭਿਅਕ ਨਹੀਂ। ਸੈਕੂਲਰ ਕਾਹਦਾ ਸੈਕੂਲਰ? ਤੁਸੀਂ ਆਪਣੇ ਧਰਮ ਨੂੰ ਹਰ ਇੱਕ ਬੰਦਾ ਪਿਆਰ ਕਰੋ, ਸੈਕੂਲਰ ਕਾਂਗਰਸ ਵੀ ਸੈਕੂਲਰ, ਇੱਥੇ ਅਲੀਟ ਜਿਹੜਾ ਉਹ ਵੀ ਕਹਿੰਦਾ ਸੈਕੂਲਰ ਰਹੋ, ਸਭ ਦਾ ਸਾਰਿਆਂ ਦਾ ਮਾਣ ਕਰੋ। ਉਹਦਾ ਮਤਲਬ ਇਹ ਆ ਵੀ ਉਹ ਭਗੌੜਾ ਆਪਣੀ ਚੀਜ਼ ਤੋਂ। ਧਾਰਮਿਕ ਹੋਣਾ ਸਭ ਤੋਂ ਵਧੀਆ, ਤੁਸੀਂ ਆਪਣਾ ਧਰਮ ਦਾ ਪਿਆਰ ਕਰੋ, ਤੁਸੀਂ ਦੂਜਾ ਆਪਣਾ ਧਰਮ ਦਾ ਪਿਆਰ ਕਰੋ। ਬਹੁਤ ਵੱਡੀ ਇੱਕ ਪੂਰੀ ਕਸੈਟ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਕਹਿੰਦੇ ਨੇ ਵੀ ਮੁਸਲਮਾਨ ਇਹੋ ਜਿਹਾ ਹੋਵੇ, ਹਿੰਦੂ ਇਹੋ ਜਿਹਾ ਹੋਵੇ, ਸਿੱਖ ਅਸੀਂ ਇਹੋ ਜਿਹੇ, ਕੋਈ ਦਖਲ ਅੰਦਾਜ਼ੀ ਨਹੀਂ, ਮਾਣ ਕਰੋ। ਮੰਦਿਰ ਅਸੀਂ ਬਣਾ ਕੇ ਦਿੰਦੇ ਹਾਂ ਬਟਾਲੇ ਵਾਲੀ ਤੁਹਾਨੂੰ ਜੇਲ੍ਹ ਦੇ ਵਿੱਚ, ਉੱਥੇ ਜਦ ਜੰਦ ਅੰਦਰ 18 ਸਿੰਘ ਤੇ ਅਮਰੀਕ ਸਿੰਘ ਹੋਣੀ ਗਏ ਫੜ ਕੇ ਲੈ ਕੇ ਗਏ, ਉਹ ਕਹਿੰਦੇ ਮੰਦਿਰ ਬਣਾਓ ਇੱਥੇ, ਸਵੇਰੇ ਹਿੰਦੂ ਵੀਰਾਂ ਨੂੰ ਸਵੇਰੇ ਮੱਥਾ ਟੇਕਣ ਦਾ ਬਹੁਤ ਔਖਾ। ਸੋ ਸੈਕੂਲਰ ਜਿਹੜਾ ਇਹ 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 ਖੱਬੇ ਪੱਖੀਆਂ ਦੀ ਕਾਢ ਹੈ, ਸੈਕੂਲਰ ਸੁਕੂਲਰ ਵਾਲਾ। ਮੈਂ ਆਪਣੇ ਹਿਸਾਬ ਨਾਲ ਮੈਂ ਇਹਨੂੰ ਇਸ ਤਰ੍ਹਾਂ ਸੋਚਦਾ ਵੀ ਇਹ ਨਹੀਂ ਹੈ ਕਹਾਣੀ। ਹਾਂ, ਜਿਹਨੇ ਧਰਮ ਨੂੰ ਨਹੀਂ ਮੰਨਣਾ ਹੋਗਾ ਵੀ ਮੈਂ ਨਾਸਤਕ ਹਾਂ, ਮੈਂ ਨਾ ਰੱਬ ਨੂੰ ਮੰਨਦਾ ਨਾ ਧਰਮ ਨੂੰ, ਪਰ ਸੈਕੂਲਰ ਸ਼ਬਦ ਹੈ ਜਿਹੜਾ ਸੈਕੂਲਰ ਸੈਕੂਲਰ ਜਿਹੜਾ ਬਹੁਤ ਕਰਦੇ ਨੇ, ਇਹ ਇਹ ਕਿਸੇ ਪਾਸੇ ਨਹੀਂ ਜਾਂਦਾ। ਸੋ ਇਹ ਹੁਣ ਇਸ ਚੀਜ਼ ਨੂੰ ਜਿਹੜਾ ਦਰਬਾਰ ਸਾਹਿਬ ਦਾ ਮੈਨੇਜਰ ਅਰੂਪ ਸਿੰਘ ਆ, ਜਿਹੜਾ ਆਪ ਕਿਉਂਕਿ ਚੀਫ ਖਾਲਸਾ ਦੀਵਾਨ ਦੇ ਜੋਰ ਦਾ ਚੇਲੇ ਬਾਲਕੇ ਦੇ ਤੌਰ ਤੇ ਗੋਰਿਆਂ ਨੇ ਉਹਨੂੰ ਰੱਖਿਆ, ਉਹ ਕਹਿੰਦੇ ਅਸੀਂ ਸਿੱਖ ਆ, ਇੱਕ ਫਿਰਕਾ ਹੀ ਨੇ ਹਿੰਦੂ ਧਰਮ ਦਾ, ਯਾਰ ਇਹ ਚ ਕਿਹੜਾ ਕਿਹੜਾ ਰੌਲਾ। ਅਸਲ ਉਹਨੂੰ 2 ਮਈ 1905 ਨੂੰ ਦਰਬਾਰ ਸਾਹਿਬ ਦੇ ਅੰਦਰੋਂ ਨਾ ਮੂਰਤੀਆਂ ਹਟਾਉਣ ਦੀ ਦਾ ਆਦੇਸ਼ ਜਾਰੀ ਕਰਨਾ ਪਿਆ। ਆਰੀਆ ਸਮਾਜੀ ਲਾਣਾ ਪੰਜਾਬ ਦਾ ਜਿਹੜਾ ਬਿਲਕੁਲ ਖੁਦ ਮੂਰਤੀ ਪੂਜਾ ਦਾ ਕੱਟੜ ਵਿਰੋਧੀ ਸੀ, ਜਦ ਉਹਨਾਂ ਨੇ ਦਰਬਾਰ ਸਾਹਿਬ ਚੋਂ ਅਰੂਪ ਸਿੰਘ ਨੇ ਕਿਹਾ ਵੀ ਮੈਂ ਮੂਰਤੀਆਂ ਉਠਾਉਣੀਆਂ ਨੇ, ਉਹ ਤਾਂ ਜੀ ਆ ਗਏ, ਮਤਲਬ ਉਸੇ ਸਮੇਂ ਏਕਤਾ ਜਿਹੜੀ ਪ੍ਰੋਬਲਮ ਚੱਲ ਗਈ ਉਹਦੇ ਨਾਲ, ਉਹ ਕਹਿੰਦੇ ਤਾਂ ਸੰਬੰਧਾਂ ਚ ਤਣਾਅ ਪੈਦਾ ਹੋਜੂ। ਉਹਨਾਂ ਨੇ 13,000 ਆਰੀਆਂ ਸਮਾਜੀਆਂ ਨੇ ਦਸਤਕ ਕਰਵਾ ਕੇ ਸਰਕਾਰ ਨੂੰ ਪਟੀਸ਼ਨ ਭੇਜ ਦਿੱਤੀ ਕਿ ਹਿੰਦੂ ਮੂਰਤੀਆਂ ਨੂੰ ਬਹਾਲ ਕਰੋ ਦਰਬਾਰ ਸਾਹਿਬ ਦੇ ਵਿੱਚ। ਦੇਖੋ ਇੱਥੋਂ ਹੁਣ ਤੁਸੀਂ ਸਮਝੋ, ਕਹਿੰਦੇ ਨੇ ਵੀ ਤੁਸੀਂ ਇੰਟਰਫੀਅਰੈਂਸ ਨਾ ਕਰੋ ਕਿਸੇ ਧਰਮ ਚ। ਸੁਣਿਓ ਵੀ ਊਂ ਆਰੀਆ ਸਮਾਜੀ ਮੂਰਤੀ ਪੂਜਕ ਨਹੀਂ, ਪਰ ਜੇ ਦਰਬਾਰ ਸਾਹਿਬ ਦੇ ਵਿੱਚੋਂ ਦੇਵੀ ਦੇਵਤੇ ਦੀਆਂ ਮੂਰਤੀਆਂ ਚੱਕਣੀਆਂ ਤਾਂ 13,000 ਦੇ ਸਾਈਨ ਕਰਾ ਕੇ ਦੇ ਰਹੇ ਨੇ। ਤੇ ਇਹ ਵਿਰੋਧ ਜਦ ਹੋਇਆ ਤਾਂ ਸਿੱਖ
इस गल तो होर जो जबे बन लग तवे रोज वह होर अलर्ट हो गए इस चीज ते हुण फिर जिहड़ा असल हिंदू समाज के अंदर भी कुछ हिस्से सिख भाईचारे अंदरले कुछ हिस्से च सिख भाईचारे अंदर जोड़ फर रही है अलगपन की जिहड़ी भावना तंगी हुई गांधी नूं सब तो बड़ी तंगी हुई क्योंकि सनातनी वर्ग आ जिहड़ा मैं पहला कहा कहिंदे बुद्ध जैन सिख है साडे चो इन्हां दा रौला नहीं भी तुसीं क्रुसेड करना है दूजे आले पासे। अच्छा सिख भाईचारा जिहड़ा सी ओह बरतानवी हाकमां दा जिहड़ा तिखा सीधा टकराओ सी गांधी उन्होंने सैट बैठता जी कहते साडे वालों ना इधर नूं चाको सारिया चीजा दे विच जद चलदी रही 14-15 दे विच गदर पार्टी का भी जिहड़ा उस समय ना गदरी भी आए उस समय गदर पार्टी वेले भी कारण यह होया भी जेड़े उपरला वर्ग सी जिन्हां ने ताकत देनी सी जेड़े जिन्हां दा पिंडां च थोड़ा बहुता प्रभाव सी उन्हां ने गदर पार्टी नूं मुढ़ों सुडो रद्द किया। प्रॉब्लम यह हुई अजीब काल का दीवान हो गए जे वो हो गए चेले सी ये फड़ाउण लग गए टोडी बन गए उन्होंने वह कहने भी नहीं नहीं गुलामी ठीक है भी साडी राजे नाल सही है जिवें हुण भी पंजाब च हो गए साडी कैप्टन नाल सही है तुसीं छड्डो बाकी गल्लां साडी बादल नाल सही है छड्डो गल्लां तुसीं तो यह 20वीं सदी के दूजे दहाके दे विच जिहड़ी वड्डी वड्डियां तब्दीलियां आईयां वह सिख राजनीति नूं उन्होंने दिता पहली तां संसार जंग दे विच ते जिहड़ा उपरला वर्ग सी उह कहिंदा वी असीं भर्ती बहुत कराई है साडा यह माण देणगे सानूं बई आह बई लाओ बई जद मुक्क गई आह लाओ तुहानूं मुसलमान जिहड़े जमींदार सी सिंघ सुभावी सी चीफी सी महंती सी सेवादार सी रियासती राज घराणे सरदार जैलदार यह सारिआं ने उह कहिंदे वी जद मुड़ के जां सरदार बंद हो जंग सानूं खास साडा ख्याल रखे पर अंग्रेजां ने मुल तां तारिआ थोड़ा बहुता पर उन्होंने सिख सरदारा पतवंते ते महंत सेवादारा नूं जगीरां ते उपाधियां तां दित्तियां पर सारिआं नूं देखो तुसीं खेम सिंह बेदी जिहड़े कहिंदे असीं कुल दे विचों आ असीं बेदी खानदान दे विचों असीं गुरु नानक पातशाह दे कहिण वेले ये नहीं सोचते भी जे तुसी खानदानी हो तो बापू ने तो अपने पुत्तां नूं ना गद्दी दित्ती श्री चंद लक्ष्मी दास नूं तुसी आके 28वीं जगह ते 32वीं जगह ते लाई फिरदे हो तिलक तुसी किधरों हो इस चीज नूं भालदे हो भी तुहाडे कोल साडे खानदान च उहदा खेम सिंह बेदी का पुत सी गुरबख्श सिंह बेदी ते पंजाब हिंदू सभा का प्रधान ते सिखां नूं उह हिंदू कहण दा सरगणा सी उन्हूं 400 किला जमीन का मिलिया ते राजे की उपाधि सॉर्ड ऑफ ऑनर ते वध भर्ती आले पिंडां च मालिया घटाता जंगी घलाटिए सी जिहड़े उन्होंने जमीना अलाट करतीआं ते पर जिथे सिख भाईचारे दी प्रमुख धार्मिक ते राजसी मंगा सी उन्हां वल पिट रवायती जिहड़ी सिख लीडरशिप सी अंग्रेजां दे प्रति उह मैं तुहानूं दस के हटिआ बई उह तां बस बुरकी ते असीं खुश हां। अच्छा पंजाब दे विच जद इह गल चलदी रही उधरों गुरद्वारिआं दी सेवा संभाल दी गल चलदी रही रईस वर्ग आ जिहड़ा टकरा च नहीं सी गांधी अपने वल्लों कहिंदा सी वी तुसीं इधर नूं हो जाओ इधर नूं ना झाको 14-15 च जिहड़ी गदर मचाउण वाली गल है जद उह पिंडां दे विच जिवें दस के हटिआ उह पहुंचे ने तां उहनां च जिहड़ा उहनां नूं सहयोग ना मिले ਤੇ ਪੰਜਾਬ ਦੇ ਲੋਕ ਖਾਸ ਕਰਕੇ ਜਿਹੜੇ ਜਿਹਨਾਂ ਤੇ ਉਹਨਾਂ ਦੀ ਟੇਕ ਸੀ ਤੇ ਪੰਜਾਬ ਦੇ ਪਿੰਡਾਂ 'ਚ ਗਦਰ ਦੇ ਮਚਾਉਣ ਦੀ ਕਹਾਣੀ ਸੀ ਪਰ ਵੱਡੀ ਦੁੱਖ ਦੀ ਕਹਾਣੀ ਇਹ ਹੋਈ ਕਿ ਗਦਰੀਆਂ ਨੂੰ ਪਿੰਡਾਂ ਦੇ ਵਿੱਚੋਂ ਇਹ ਮਾਣ ਨਾ ਮਿਲਿਆ ਕਾਰਨ ਕਿਉਂਕਿ ਉਹ ਪਿੰਡ ਦੇ ਵਿੱਚ ਟੋਡੀਆਂ ਦੇ ਚੇਲੇ ਬਾਲ ਕੇ ਸੀ ਹਾਲੇ ਤਾਂ ਹੁਣ ਤਾਂ ਉੱਧਰੋਂ ਤਾਂ ਲੜਾਈ ਲੜਨ ਗਿਆ ਸੀ ਅੱਧਾ ਪਿੰਡ ਤਾਂ ਇਹ ਗਦਰੀਆਂ ਨੂੰ ਕਾਲੇ ਪਾਣੀ ਫਾਸੀ ਜਿਹੜੀ ਆਪਾਂ ਨੂੰ ਪਤਾ ਹੀ ਹੈ 1919 ਚ ਫਿਰ ਜਦ ਰੋਲ ਟੈਕਸ ਆਉਂਦਾ ਹੈ ਉਹ ਕਾਲੇ ਕਾਨੂੰਨ ਦੇ ਵਿੱਚ ਜਦ ਪੰਜਾਬ ਚ ਥੋੜਿਆਂ ਜਿਹਾ ਵਰਗਾਂ ਦੇ ਵਿੱਚ ਹੀ ਜਾਂ ਰੋਸ ਦੀ ਲਹਿਰ ਹੋਈ ਗਾਂਧੀ ਨੇ ਰੋਸ ਭਾਵਨਾ ਨੂੰ ਬੜਾ ਕਰਨ ਲਈ ਪੰਜਾਬ ਚ ਇੱਕ ਵਿਸ਼ੇਸ਼ ਕਮੇਟੀ ਬਣਾ ਦਿੱਤੀ ਸ਼ਹਿਰੀ ਵਰਗੇ ਚ ਸੀਮਤ ਸੀ ਪਿੰਡਾਂ ਚ ਇਹਦੀ ਬਾਹਲੀ ਐਜੂਕੇਸ਼ਨ ਹੈ ਨਹੀਂ ਸੀ ਪਿੰਡਾਂ ਵਾਲਿਆਂ ਤੋਂ ਤੋਰਨਾ ਪੈਂਦਾ ਪਿੰਡਾਂ ਵਾਲਿਆਂ ਤੋਂ ਕਹਿਣਾ ਪੈਂਦਾ ਵੀ ਫਲਾਣੇ ਗੁਰਦੁਆਰੇ ਆਹ ਗੱਲ ਹੋ ਗਈ ਇਹ ਉਹਦੇ ਨਾਂ ਤੇ ਤੁਰਦੇ ਆ ਜੇ ਤੁਸੀਂ ਕਹੋ ਵੀ ਕਾਨਫਰੰਸ ਹੈ ਜੇ ਉਹ ਹਾਂ ਉਹਦੇ ਚ
ਆ ਖਾਕੀ ਹਰੀਆਂ ਪੱਗਾਂ ਬੰਨ ਕੇ ਤਾਂ ਚਲੇ ਜਾਣਗੇ ਜੂਨੀਅਰ ਨਾਲੇ, ਜੂਨੀਅਰ ਇਹ ਕਹਿੰਦੇ ਹੁੰਦੇ ਸੀ, ਪਰ ਸਿੱਖ ਨੂੰ ਪੰਜਾਬ ਦੇ ਵਿੱਚੋਂ ਪੇਂਡੂ ਵਰਗ ਨੂੰ ਤੋੜਨਾ ਤਾਂ ਉਹਨੂੰ ਧਰਮ ਦੀ ਜਿਹੜੀ ਆਸਤ ਤਾਂ ਹੀ ਹੋਇਆ ਸੀ। ਜਿੰਨੇ ਕਿੰਨੇ ਲੀਡਰ ਸੀ ਪੰਜਾਬ ਦੇ ਵਿੱਚ, ਸੰਤ ਤਾਂ 1978 ਤੋਂ 84 ਤੱਕ 6 ਸਾਲ ਹੀ ਆਏ ਆ ਨਾ, ਕੌੜੇ ਆਉਣੀ, ਤਲਵੰਡੀ ਆਉਣੀ, ਬਾਦਲ ਆਉਣੀ, ਬਲਵੰਤ ਲੱਡੂ ਆਉਣੀ, ਕਿੰਨੇ ਇਹ ਘਾਗ ਤੁਰੇ ਫਿਰਦੇ ਸੀ, ਕਿਵੇਂ ਖਤਮ ਹੋ ਗਏ ਦਿਨਾਂ ਚ। ਕਾਰਨ ਇਹ ਹੋਇਆ ਵੀ ਪਿੰਡਾਂ ਦਾ ਵਰਗ ਜਿਹੜਾ ਹੈ ਉਹ ਸੰਤਾਂ ਦੇ ਨਾਲ, ਉਹਨਾਂ ਦੀ ਸੋਚ ਦੇ ਨਾਲ, ਸਫਾਈ ਸਾਫ ਗੋਈ ਦੇ ਨਾਲ, ਵੀ ਲੀਡਰ ਨੀ ਨਾ MLA ਬਣਨਾ ਨਾ MP ਬਣਨਾ, ਚੱਪਲੀਆਂ ਝਾੜਨੀਆਂ ਨੇ ਤੁਹਾਡੀਆਂ, ਲੋਕ ਬਹੁਤ ਅਸੀਂ ਤੁਰ ਗਏ। ਹੋਰ ਕੋਈ ਕਿਹੜਾ ਮੈਕਨਿਜ਼ਮ ਸੀ, ਕਿਹੜਾ ਮੀਟਰ ਸੀ ਜਿਹੜਾ ਸੰਤਾਂ ਨੇ ਲਾਇਆ, ਲੋਕਾਂ ਦੇ ਹੱਥੋਂ ਨਿਕਲ ਕੇ ਪੈਰ, ਫਿਰ ਸਿਆਣਿਆਂ ਨੇ ਟੋੜੇ ਅਰਗਿਆਂ ਨੇ, ਉਹ ਕਹਿੰਦੇ ਵੀ ਇਹ ਤਾਂ ਗਿਆ ਮੇਲਾ ਲੁੱਟਿਆ ਗਿਆ। 1980 ਦੇ ਵਿੱਚ ਜਿੱਦਣ ਪਹਿਲੀ ਕਾਨਫਰੰਸ ਦੇ ਵਿੱਚ ਆ ਕੇ ਬੋਲੇ ਨੇ ਅੰਮ੍ਰਿਤਸਰ ਸਾਹਿਬ, ਆਪਣੇ ਪੰਜਾਬ ਲੁਧਿਆਣੇ ਅਕਾਲੀ ਕਾਨਫਰੰਸ ਜਿਹੜੀ ਬਿਸ਼ਪ ਬਣਾਈ ਸੀ, ਜਿਹਦੇ ਤਲਵੰਡੀ ਹਾਥੀ ਤੇ ਚੜਿਆ ਲਾਇਆ ਅੰਦਰੋਂ ਲਿਆ ਆ ਕੇ ਬੈਠੇ ਸੀ ਘਰੇ ਤੇਜਵੰਤ ਗਰੇਵਾਲ ਹੋਣਾ, ਕਿਸੇ ਨੇ ਦੱਸਤਾ ਵੀ ਪੰਜ ਪਿਆਰੇ ਮੂਹਰੇ ਤੁਰੇ ਜਾਂਦੇ ਆ, ਹਾਥੀ ਤੇ ਤਲਵੰਡੀ ਮੂਹਰੇ ਮੂੰਹ ਕਰੀ ਬੈਠਾ ਤੇ ਠੇਕੇਦਾਰ ਸੁਰਜਣ ਸਿੰਘ ਪਿੱਛੇ ਨੂੰ ਪੂਛ ਵਾਲੇ ਪਾਸੇ ਨੂੰ ਮੂੰਹ ਕਰੀ ਬੈਠਾ। ਉਹ ਕਹਿੰਦੇ ਗੁਰਸਿੱਖਾ ਪੱਕੀ ਗੱਲ ਹੈ ਵੀ ਪੰਜ ਪਿਆਰੇ ਤੁਰਦੇ ਆ ਮੂਹਰੇ, ਧੌਂਸੇ ਵੱਜਦੇ ਆ ਤੇ ਹਾਥੀ ਤੇ ਕੌਣ ਆ, ਕਹਿੰਦੇ ਤਲਵੰਡੀ। ਕਹਿੰਦੇ ਚਲੋ ਫਿਰ ਤੁਰ ਪਏ ਉੱਥੋਂ ਹੀ ਸਰਾਭਾ ਨਗਰ ਵਾਲੇ ਪਾਸੇ ਹੀ, ਇਹ ਸੀ ਨਹਿਰ ਟੱਪ ਕੇ ਕਾਨਫਰੰਸ ਸੀ, ਤੇ ਜਦ ਆ ਕੇ ਹਾਥੀ ਕੋਲ ਕਿਹਾ ਤਲਵੰਡੀ ਉੱਤਰ ਥੱਲੇ, ਜਥੇਦਾਰ ਜੀ ਆ ਜਾਓ ਥੱਲੇ। ਕਹਿੰਦੇ ਜਦ ਕਿਹਾ ਤਲਵੰਡੀ ਨੂੰ, ਠੇਕੇਦਾਰ ਤਾਂ ਪੂਛ ਤੁਰੇ ਜਾਂਦੇ ਹਾਥੀ ਦੀ ਫੜ ਕੇ ਉੱਤਰ ਗਿਆ ਪਿੱਛੇ, ਕਿਉਂਕਿ ਸ਼ਹਿਰ ਵਾਲੇ ਸਨ, ਉਹਨਾਂ ਨੂੰ ਪਤਾ ਸੀ ਵੀ ਹੁਣ ਨਹੀਂ ਹੋਣੀ ਠੀਕ ਗੱਲ, ਉਤਰਨਾ ਪੈਣਾ। ਉਹ ਤਾਂ ਉੱਤਰ ਗਿਆ, ਹੁਣ ਤਲਵੰਡੀ ਹਾਥੀ ਬੈਠੇ ਤਾਂ ਉਤਰੇ, ਹਾਥੀ ਬਿਠਾ ਲਿਆ ਕੌਮ ਦੇ ਜਥੇਦਾਰ ਨੇ, ਕਹਿੰਦਾ ਇਸ ਤਰ੍ਹਾਂ ਨਹੀਂ ਚੜ ਸਕਦੇ। ਉਹੀ ਸਾੜਾ ਸੀ, ਉਹੀ ਸਾੜਾ ਸੀ ਜਦ ਫਿਰ ਹੱਥ ਚੋਂ ਮਾਇਕ ਤਲਵੰਡੀ ਨੇ ਖੋਲਿਆ ਵੀ ਸਾਧਪੁਰ ਲੋਕਾਂ ਦੇ ਪੁੱਤ ਮਰਾ ਦੀ। ਇਸ ਗੱਲ ਨੂੰ ਫਿਰ ਤਲਵੰਡੀ ਨੇ ਮੰਨਿਆ ਵੀ ਮੇਰੀ ਗਲਤੀ ਸੀ, ਪੰਜ ਪਿਆਰੇ ਤੁਰੇ ਜਾਂਦੇ ਸੀ ਤੇ ਮੈਂ ਹਾਥੀ ਤੇ ਚੜਿਆ ਸੀ। ਔਨ ਰੈਕਡ ਚੀਜ਼ਾਂ ਨੇ ਇਹ, ਜਦ ਊ ਕਿਸੇ ਨੂੰ ਛੰਡਣਾ ਉਹ ਛੰਡੀ ਚੰਗ। ਸੋ ਰੋਲ ਟੈਕਟ ਆ ਗਿਆ, ਜਦ ਰੋਲ ਟੈਕਟ ਆ ਗਿਆ ਤਾਂ ਇਹਦੇ ਚ ਬਹੁਤ ਜਿਹੜੇ ਪੰਜਾਬ ਚ ਕਾਂਗਰਸੀ ਆਗੂ ਸੀ ਦੁਨੀ ਚੰਦ, ਉਹ ਕਹਿੰਦਾ ਨਾਲਾ ਇਹ ਅਸੀਂ ਇਹ ਕੰਮ ਚ ਨਹੀਂ, ਸਾਡਾ ਕੋਈ ਕਹਾਣੀ ਨਹੀਂ। ਅਸਲ ਚ ਜਿਹੜਾ ਨਾ ਗਾਂਧੀ ਨਹਿਰੂ ਤੇ ਹੋਰ ਹਿੰਦੂ ਜਿਹੜੇ ਕਾਂਗਰਸੀ ਲੀਡਰ ਸੀ, ਉਹ ਜਿਹੜੀ ਸਿੱਖਾਂ ਦੀ, ਮੈਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦੇ ਗੁਰਦੁਆਰਾ ਸੁਧਾਰ ਲਹਿਰ ਦੀ ਤੁਹਾਡੀ ਇਹ ਸਹੀ, ਇੱਧਰ ਨੂੰ ਨਾ ਆਓ ਤੁਸੀਂ, ਆ ਰੋਲ ਟੈਕਟ ਵਾਲੇ ਚੱਕਰ ਚ ਆਓ, ਕਾਇਮ ਹੋਵੋ। ਤੇ ਇਹਦੇ ਚ ਸਿਧਾਂਤਕ ਪੱਧਰ ਤੇ, ਕਿਉਂਕਿ ਉਹ ਵਿਖਾਉਣ ਦੀ ਗੱਲ ਧਾਰਨਾ ਤੋਂ ਪਰਾਂ ਦੀ ਗੱਲ ਕਰਦਾ ਸੀ, ਤੇ ਹਰ ਜਗ੍ਹਾ ਬੋਲਦਾ ਸੀ, ਸਿੱਖ ਲੀਡਰਾਂ ਨੂੰ ਪੱਤਰ ਲਿਖਦਾ, ਜਾਤੀ ਤੌਰ ਤੇ ਮੈਨੂੰ ਸਿੱਖੀ ਵਿੱਚ ਤੇ ਹਿੰਦੂ ਮਤ ਚ ਕੋਈ ਫਰਕ ਨਹੀਂ ਮਾਲੂਮ ਹੁੰਦਾ, ਇਹ ਇੱਕੋ ਧਰਮ ਦੀਆਂ ਬਣਗੀਆਂ ਨੇ, ਹਿੰਦੂ ਅਤੇ ਸਿੱਖਾਂ ਦਾ ਵਖਰੇਵਾ ਕਰਨਾ ਗਲਤ ਹੈ। ਗੁਰੂ ਨਾਨਕ ਦੇਵ ਜੀ ਜੇਕਰ ਹਿੰਦੂ ਨਹੀਂ ਸੀਗਾ ਹੋਰ ਕੀ ਸੀ, ਹਿੰਦੂਵਾਦ ਇੱਕ ਵਿਸ਼ਾਲ ਸਮੁੰਦਰ ਹੈ ਜਿਹੜੇ ਸਭਨਾਂ ਨੂੰ ਕਬੂਲ ਕਰਦਾ ਤੇ ਆਪਣੇ ਅੰਦਰ ਜਜ਼ਬ ਕਰ ਲੈਂਦਾ, ਇਹ ਗਾਂਧੀ ਦੀ ਰਾਈਟਿੰਗ ਹੈ। 7 ਸਤੰਬਰ 1937 ਨੂੰ ਉਹਨੇ ਜੁਗਲ ਕਿਸ਼ੋਰ ਬਿਰਲੇ ਨੂੰ ਵੀ ਲਿਖੀ ਸੀ, ਜੇ ਤੁਸੀਂ ਸਿੱਖਾਂ ਨੂੰ ਇਸ ਗੱਲ ਲਈ ਰਾਜੀ ਕਰ ਲਓ ਕਿ ਸਿੱਖ ਧਰਮ ਹਿੰਦੂਵਾਦ ਦਾ ਹੀ ਅੰਗ ਹੈ, ਮੈਨੂੰ ਹਰੀਜਨਾਂ ਵੱਲੋਂ ਆਪਣੇ ਆਪ ਨੂੰ ਸਿੱਖ ਸਦਾਉਣ ਤੇ ਕੋਈ ਇਤਰਾਜ਼, ਫਿਰ ਉਹ ਸਫਰਾਲ ਹੈ। ਇਸੇ ਗੱਲ ਕਰਕੇ ਅਖਬਾਰ ਹਰੀਜਨ ਦੇ ਵਿੱਚ BR ਅੰਬੇਦਕਰ ਨੇ ਲਾਭ ਕੀਤੀ ਸੀ ਬਹੁਤ, ਕਿ ਉਹ ਸਿੱਖਾਂ ਨੂੰ ਹਿੰਦੂ ਨਹੀਂ ਮੰਨਦਾ, ਅੰਬੇਦਕਰ ਨੇ ਗੱਲ ਕੀਤੀ। ਤੇ ਇਸੇ ਦੌਰਾਨ ਕਹਿੰਦੇ 14 ਨਵੰਬਰ 1936 ਨੂੰ ਅੰਮ੍ਰਿਤ ਕੌਰ ਨੂੰ ਇੱਕ ਲਿਖੇ ਖਤ ਅੰਦਰ ਉਹਨੇ ਵੱਖਰੀ ਸਿੱਖ ਪਛਾਣ ਦੀ ਧਾਰਨਾ ਵਿਰੁੱਧ ਆਪਣੇ ਮਨ ਦੀ ਭੜਾਸ ਕਰਦੇ, ਗਾਂਧੀ ਕਹਿੰਦਾ ਗੁਰਮੁਖੀ ਲਿਪੀ ਚ ਕੋਈ ਖਾਸ ਖੂਬੀ ਨਹੀਂ ਹੈ, ਮੇਰੀ ਸਮਝ ਅਨੁਸਾਰ ਸਿੱਖਾਂ ਨੂੰ ਹੋਰਨਾਂ ਹਿੰਦੂਆਂ ਨਾਲੋਂ ਨਖੇੜਨ ਲਈ ਇਸ ਦੀ ਵੀ ਸਿੰਧੀ ਵਾਂਗ ਹੀ ਝੂਠੀ ਘਾੜਤ ਘੜੀ ਹੋਈ ਹੈ, ਇਹ ਕੱਖ ਨਹੀਂ। ਸੋ ਇਹਦੇ ਚ ਹੁਣ ਰੋਲ ਟੈਕਟ ਦੇ ਵੇਲੇ ਉਹ ਲਾਮਬੰਦ ਕਰ ਰਿਹਾ ਸਿੱਖਾਂ ਨੂੰ ਇੱਕ ਤਕੜੇ ਜਜ਼ਬੇ ਚ, ਵੀ ਗੁਰਦੁਆਰਾ ਸੁਧਾਰ ਲੈਣ ਛੱਡ ਦਿਓ, ਰੋਲ ਟੈਕਟ ਦੇ ਖਿਲਾਫ ਆਓ। ਇਸ ਦੇ ਦੌਰਾਨ ਇਹ ਨਵੀਂ ਜਿਹੜੀ ਸਿੱਖ ਲੀਡਰਸ਼ਿਪ ਜ਼ੋਰ ਕਰਦੀ ਹੈ ਉਹ ਕਿਵੇਂ ਕਰਦੀ ਹੈ, ਤੇ ਨਾਲ ਹੀ ਇਹਨਾਂ ਦਿਨਾਂ ਚ ਲਖਨਊ ਜਿਹੜਾ ਪੈਕਟ ਹੈ ਉਹ ਕੀ, ਲਖਨਊ ਦੇ ਵਿੱਚ ਇੱਕ ਇਕੱਠ ਹੁੰਦਾ, ਲਖਨਊ ਦੇ ਵਿੱਚ ਉਸ ਇਕੱਠ ਦੇ ਵਿੱਚ ਪੈਕਟ ਦੇ ਵਿੱਚ ਸਿੱਖ ਕੌਮ ਨੂੰ
एग्जिस्ट ही नहीं मनिया जाता। वो कहते ना तुम ए पार्ट नहीं है, तुसी तो है नहीं, मुसलमान मान ले तो हिंदू मान, सिखा ओ जगह नहीं। इन्हों दिना क्योंकि रिप्रजेंट करने वाले कौम न उस समय गिड़मे लीडर जिदे च सब तो बड़ी जिहड़ी खालसा दीवान जिहड़ी चीफ खालसा दीवान सोसायटी इथों कदू तोरू फिर व्यापारक। हुण मैं जिहड़ी गलबात तुहाडे नाल करनी चाहुंदा इस हिस्से दे विच जिहड़ी आपां शुरू कीती है सैगमेंट, इहदे विच भी प्लीज कोई तुसी क्योंकि हले आपां शुरू कीती है, जे कोई तुसी चाहुंदे हो चेंज कुछ मैनू प्लीज मैसेज कर दिओ 604-729-1224 604-729-1224 ਤੇ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰ ਰਿਹਾ ਕਿ ਸਿੱਧਿਆਂ ਸ਼ਬਦਾਂ ਦੇ ਵਿੱਚ ਪਹੁੰਚੇ ਤੁਹਾਡੇ ਤੱਕ ਸਾਰੀ ਗੱਲ। ਇਸ ਵਾਰ ਮੈਂ ਮਈ ਦੇ ਮਹੀਨੇ ਤੱਕ ਦੇ ਵਿੱਚ ਵਿੱਚ ਇਹਨੂੰ ਆਪਾਂ 84 ਤੱਕ ਜਿਹੜੇ ਸਰਕਮਸਟੈਂਸਿਸ ਬਦਲੇ ਕਿਵੇਂ 78 ਤੋਂ ਬਾਅਦ ਵਾਲੇ ਤਾਂ ਆਪਾਂ ਨੂੰ ਆਪ ਹੀ ਪਤਾ ਹੈ ਉਦੋਂ 78 ਤੋਂ ਕੀ ਹੋਇਆ 1900 ਤੋਂ ਲੈ ਕੇ 1978 ਤੱਕ ਉਹ ਕੋਸ਼ਿਸ਼ ਕਰ ਰਿਹਾ। अच्छा जिहड़ी मैं अज हुण तुहाडे नाल गल करनी चाहुंदा है उह इह है कि एक पंजाब तों फोन आउंदा है कल सवेरे, फोन ते एक लड़की बोलदी है अंकल जी मैं साडी मदद कर दोगे। हुण पंजाब तों पता है तुहानूं फोन आउंदे ही रहिंदे ने, नंबर मिलते रहने ने, चल ए मे बी मीडिया करके कोई या पे लोग फेसबुक से देख के देख लेंदे ने, उन्हां दा ए है भी कुछ ना कुछ। अच्छा इहदे च कहानी जिहड़ी है ओ ए है भई ये सुनण वाली कित्थों आ, मैं कहा जी दसो फोन तीन चार आए हुए, मैं फोन कर लिया 7:45 स्टूडियो तुरन वेले, तां ਹੁਣ ਉਹ ਕੀ ਕਿੰਨਾ ਕੁ ਪਿੰਡ ਦੇ ਵਿੱਚ ਇਹਨਾਂ ਨੂੰ ਜੋ ਆਕੜੀਆਂ ਨੇ ਕਿੰਨਾ ਕੁ ਦੱਸ ਲੈਣਾ ਕੀ ਹੁੰਦਾ। ਕਹਿੰਦੀ ਬਈ ਮੇਰੇ ਦੋ ਬੱਚੇ ਆ ਤੇ ਘਰ ਵਾਲਾ ਮੇਰਾ ਬਿਮਾਰ ਹੈ ਤੇ ਬਹੁਤ ਔਖੇ ਆ ਅਸੀਂ। ਮੈਂ ਕਿਹਾ ਹੋਇਆ ਕੀ ਹੈ? ਉਹ ਕਹਿੰਦੀ ਜੀ ਬੋਰ ਕਰਨ ਗਿਆ ਤਾਂ ਘਰ ਵਾਲਾ ਮੇਰਾ ਤੇ ਨਾਲਾਗੜ੍ਹ ਦੇ ਕੋਲ ਤੇ ਥੱਲੇ ਬੋਰ ਚ ਉਤਰਿਆ ਤਾਂ ਉੱਪਰੋਂ ਬੋਰੀਆਂ ਡਿੱਗ ਪਈਆਂ, ਰੀੜ ਦੀ ਹੱਡੀ ਟੁੱਟ ਗਈ ਬੈਡ ਤੇ ਆ। 2014 ਦਾ 7 ਵਰੇ ਹੋ ਗਏ, ਦੋ ਜਵਾਕ ਆ ਮੇਰੇ, ਇੱਕ ਕੁੜੀ ਹੈ ਤੇ ਇੱਕ ਬੇਟਾ ਜਿਹੜੇ ਸੱਟ ਲੱਗਣ ਤੋਂ ਬਾਅਦ ਹੋਇਆ ਬੱਚਾ, ਤੇ ਮੇਰੇ ਵਿਆਹ ਨੂੰ ਵੀ ਜਿਹੜਾ ਥੋੜਾ ਹੀ ਸਮਾਂ ਹੋਇਆ, ਮਤਲਬ ਵਿਆਹ ਪਹਿਲਾਂ ਹੋਇਆ ਮੇਰਾ, ਬਾਅਦ ਚ ਉਹਦੇ ਸੱਟ ਲੱਗੀ ਹੈ 17-16। ਕਹਿੰਦੇ ਮੇਰੇ ਮਾਪੇ ਵੀ ਗਰੀਬ ਆ ਅਸੀਂ ਜੀ, ਜ਼ਮੀਨ ਜਾਇਦਾਦ ਹੈ ਨੀ, ਦਲਿਤ ਪਰਿਵਾਰ ਦੇ। ਅੱਛਾ ਉਦੋਂ ਮੈਂ ਕਿਹਾ ਮੈਨੂੰ ਜਾਣਕਾਰੀ ਭੇਜੀ ਤਾਂ ਉਹਨਾਂ ਨੇ ਇੱਕ ਜਿਹੜੀ ਵੀਡੀਓ ਮੁੰਡਾ ਇੱਕ ਜਸਵੀਰ ਸਿੰਘ ਥਾਲੀ ਹੈ, ਥਲੀ ਅਸਲ ਥਾਲੀ ਨੀ, ਥਲੀ ਪਿੰਡ ਹੈ ਇਹ, 7 ਕਿਲੋਮੀਟਰ ਪਿੰਡ ਆ ਰੋਪੜ ਤੋਂ ਜਦ ਅਨੰਦਪੁਰ ਸਾਹਿਬ ਨੂੰ ਜਾਂਦੇ ਆ, ਦੁੱਗਰੀ ਪਿੰਡ ਹੈ, ਜਦ ਘਨੌਲੀ ਤੋਂ ਸੜਕ ਇੱਕ ਨਾਲਾਗੜ੍ਹ ਨੂੰ ਮੁੜ ਜਾਂਦੀ ਹੈ, ਇੱਕ ਸਿੱਧੀ ਅਨੰਦਪੁਰ ਸਾਹਿਬ ਨੂੰ ਚਲੀ ਜਾਂਦੀ ਹੈ, ਗਾਂ ਜਾ ਕੇ SYL ਦਾ ਐਕਵਾਡੈਕਟ ਆਉਂਦਾ, ਸਿਸਵਾਂ ਜਿਹੜਾ ਸਿਰਸਾ ਐਕਵਾਡੈਕਟ ਆ, ਸਿਰਸਾ ਥੱਲੇ ਦੀ ਲੰਘਦੀ ਹੈ, ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਨਾਲ ਆ, ਉੱਪਰ ਦੀ ਲੰਘਦੀ ਹੈ, ਇੱਕ ਬੰਨੇ ਭਾਖੜਾ ਦੂਜੇ ਬੰਨੇ SYL ਨਗਾਈ ਸੀ। ਉਸ ਪ੍ਰੋਜੈਕਟ ਤੇ ਮੈਂ 3-2.5 ਸਾਲ ਕੰਮ ਕੀਤਾ ਸੀ ਇਹ ਪਿੰਡਾਂ ਦੇ ਵਿੱਚ, ਕਿਉਂਕਿ ਰਹਿੰਦੇ ਰਹੇ, ਮੈਨੂੰ ਪਤਾ ਸੀ ਤੇ ਮੈਂ ਉਹਨੂੰ ਪੁੱਛਿਆ। ਉਹਨੇ ਮੈਨੂੰ ਕੁੜੀ ਨੇ ਉਹ ਕਹਿੰਦੀ ਵੀ ਆਹ ਜਿਹੜੀ ਮੈਂ ਤੁਹਾਨੂੰ ਵੀਡੀਓ ਭੇਜਣੀ ਹੈ ਇਹਦੇ ਚ ਦੇਖਿਓ। ਉਹ ਵੀਡੀਓ ਉਸਨੇ ਭੇਜ ਦਿੱਤੀ, ਮੈਂ ਸਾਂਝੀ ਵੀ ਕੀਤੀ ਹੈ 1-2 ਬਲੌਗਸ ਦੇ ਵਿੱਚ। ਤੇ ਹੁਣ ਗਰੀਬ ਕੁਛ ਯੂਨਿਟਾਂ 200-250 ਗਰੀਬਾਂ ਨੂੰ ਮਾਫ਼ ਨੇ ਕੈਪਟਨ ਦੇ ਰਾਜ ਦੀਆਂ, ਤੇ ਉੱਥੇ ਜਿਹੜਾ ਉਹ ਮੀਟਰ ਉਹਦਾ ਕੱਟ ਕੇ ਲੈ ਗਏ,
मीटर ओदा चकता ते मीटर पंजाबी लोक इस मुंडे दा चैनल आ ओदे विच आ वी 7 साल तो मंजे ते पए वीर दे घर दी कट गए बिजली पत्रकार ने बुला लिया विधायक चलो उन्हां नूं पता है तुहानूं वी जिवें ओह करने चाहुंदे हुंदे ने एक महीने पहले दी आ वीडियो उत्थे संदोआ आ गया एमएलए संदोए एमएलए ने उत्थे ही फिर ऑनलाइन ही दिखाया उन्हूं कीता एसडीओ नूं फोन एसडीओ नूं फोन कीता होगा वी जिहड़ी हुण चार भाईआं दा सांझा घर है चार चार कमरे है बंदा पिया लत्तां सुक गईआं चलो आपां नूं पता लग गया ना बाकी की कुछ है उत्थे इन्हां नूं तां आपां सांभ लांगे हुण जवारखड़ी जदों बच्चे लत्तां नाल चिंबड़े होए ने पत्रकार उहनूं पुछदा है बई तूं पहलां मुंडे नाल गल करदा तुसीं वेख लिओ वीडियो उह जसवीर सिंह थली दा लोक रंग है उहदे ते देखिओ महीना पहला दी 2 अप्रैल दी आ उह कहिंदा वी तूं फिर ज्यादा नकारा हो गया कहिंदा मैं इहनूं कहा वी तूं चले जा छड के चले जा बई मैं तां खतम आ हुण मेरी तां रीढ़ दी हड्डी टुट गई ओहनूं जाके पत्रकार जसवीर पुछदा वी तुसीं किवें सोचिआ उह कहिंदी मैं किवें छड के चले जावां मैं इहनूं मैं 2 जवाक ने मैं कहिंदा राजिआं दी धी आ मैं दूजी जगह कित्थे चले जावां छड के हुण हले ओहदी 25 साल हुण उमर है मतलब गरीब जट ने गरीब ने किसे ने 17-18 साल दी उम्र च ब्याह थी थोड़े दिन बाद सट लग गई हुण उह कहिंदा वी की तैनूं मुश्किल की है उह बंदे नूं पुछ रिहा मुंडा मैं उहनूं लै के आऊंगा इक अद्धे दिन आपां गल मैनूं इह हुंदा वी हुण मैं की गल करनी की गल आ आपां डिस्कस ही कर लईए मैं तुहानूं दसदा मनुखी कदरां कीमतां की ने ते पैसा की है करोड़ां की ने ते सैकड़े की ने जिहदे लई आ असीं हालो बेहाल होए फिरदे ना दिनों सवेरे रात नूं खिच लाए धू ला कढ लाए अद लाए इधर नूं उधर नूं एतों ढाल ला एतों कट्ठे कर ला आ लै ला उत्थे लै ला इक तां है रोजमर्रा जिंदगी उपजीविका लई कम करना उहनां नूं सल्यूट आ जिहड़े सवेरे लै के अपने लंच किटां भजदे आ चाह दे कप हथ च ने ते अपने टब्बर पालदे आ जिवें भी इक उह लाणा है ਜਿਹੜਾ ਸਵੇਰੇ ਹੀ ਕੈਡੀ ਜੀ ਚਾਹ ਪੀ ਕੇ ਕਹਿੰਦਾ ਵੀ ਹੁਣ ਕਿੱਥੇ ਅੱਜ ਵਾਢਾ ਕਿੱਥੇ ਧਰਨਾ ਕਿੱਥੋਂ ਕੀ ਕਰਨਾ ਕਿਹਦੀ ਰੋਕਣੀ ਆ ਕਿਹਦੀ ਹੀਰਿੰਗ ਹੋਣੀ ਚਾਹੀਦੀ ਆ ਕਿਹਦੀ ਵੇਚਣੀ ਆ ਕਿਹਦੀ ਵਿਕਾਉਣੀ ਆ ਕਿਹਦੀ ਲੈਣੀ ਤੇ ਕਿੱਥੋਂ ਢਾਲਣੇ ਨੇ ਤੇ ਕਿੱਥੋਂ ਪੈਸੇ ਬਣਾਉਣੇ ਨੇ ਸੋ ਇਹ ਉਹਨੂੰ ਕਹਿੰਦੇ ਉਹ ਕਹਿੰਦੀ ਮੈਂ ਇਹਨੂੰ ਛੱਡ ਕੇ ਕਿਵੇਂ ਚਲੇ ਜਾਵਾਂ ਦੇਖੋ ਇੱਕ ਸਿਰੜ ਜਿਹਨੂੰ ਕਹਿੰਦੇ ਨੇ ਉਹ ਕਹਿੰਦੀ ਮੈਂ ਛੱਡ ਕੇ ਇਹਨੂੰ ਕਿੱਥੇ ਚਲੇ ਜਾਵਾਂ ਹੈ ਉਹਨੂੰ ਪੱਤਰਕਾਰ ਦੁਆਰਾ ਕਹਿੰਦਾ ਵੀ ਕੀ ਸੋਚਦਾ ਕਹਿੰਦਾ ਕੁਛ ਨੀ ਬੋਡੀ ਸੋਲ ਹੋ ਜਾਂਦੇ ਨੇ ਸੋਲਜ਼ ਕਹਿ ਰਿਹਾ ਸੀ ਪੈ ਦੇ ਤੇ ਉਹਦੇ ਥੱਲੇ ਮੈਟਰਸ ਇੱਕ ਰੱਖਿਆ ਜਿਹਦੇ ਤੇ ਥੋੜਾ ਜਿਹਾ ਕੰਟੂਅਰ ਜਿਹੇ ਬਣੇ ਨੇ ਵੀ ਹਵਾ ਪੈਂਦੀ ਰਹੇ ਕਹਿੰਦਾ ਰਾਤ ਨੂੰ ਮੇਰੇ ਪੈਰਾਂ ਨੂੰ ਕੀੜੀਆਂ ਚਿੰਬੜ ਜਾਂਦੀਆਂ ਨੇ ਆ ਕੇ ਤੇ ਕੀੜੀਆਂ ਮੇਰੇ ਪੈਰਾਂ ਨੂੰ ਰਾਤ ਨੂੰ ਤੰਗ ਕਰਦੀਆਂ ਨੇ ਥੱਲੜਾ ਹਿੱਸਾ ਬੇਕਾਰ ਆ ਬੰਦੇ ਦਾ ਤੇ ਘਰ ਵਾਲੀ ਕਹਿੰਦੀ ਮੈਂ ਉਹ ਕਹਿੰਦੀ ਤੂੰ ਕਹਿੰਦੀ ਮੈਂ ਸਾਰਾ ਦਿਨ ਪੋਚੇ ਪਾਚੇ ਲੋਕਾਂ ਦੇ ਲਾ ਕੇ ਰੋਟੀ ਜੋਗਾ ਇਹਦੀ ਦਵਾਈ ਜੋਗਾ ਕਰਦੀ ਹੁਣ ਮੈਂ ਆਪਣੇ ਆਪ ਨੂੰ ਕੱਲ ਜਦ ਉਹਨਾਂ ਗੱਲ ਕੀਤੀ ਰਾਤ ਵੀ ਕੀਤੀ ਦੋਸਤ 2-3 ਲੱਗੇ ਹੋਏ ਨੇ SDO ਉੱਥੇ ਨਾਲ ਜਿਹੜੇ ਪੜ੍ਹੇ ਨੇ ਰੋਪੜ ਉਹਨਾਂ ਦੀਆਂ ਡਿਊਟੀਆਂ ਲਾਈਆਂ ਪੰਚਾਇਤੀ ਰਾਜ ਚ ਪਤਾ ਕਰੋ ਇਸ ਪਿੰਡ ਚ ਉਹ ਕਰਦੇ ਨਾ ਆਪਣੇ ਕੋਈ ਕਹਾਣੀ ਨੀ ਸਰਬੱਤ ਦੇ ਭਲੇ ਚ ਵੀਰਾਂ ਨਾਲ ਚੰਗੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਆਪਾਂ ਭੇਜਦਾ ਕਰਨਾ 10-15 ਹਜ਼ਾਰ ਮਹੀਨੇ ਦਾ ਸ਼ੁਰੂ ਕਿਉਂਕਿ ਇੱਕ ਨੀ ਨਾ ਆਪਣੇ ਤਾਂ ਆਊਟਲੈਟਸ ਸਾਰਿਆਂ ਦੇ ਖੋਲੇ ਹੋਏ ਨੇ ਸਾਰੇ ਹੀ ਆਪਾਂ ਭੇਜਦੇ ਹਾਂ ਕੋਈ 500 ਭੇਜ ਰਿਹਾ ਮਹੀਨੇ ਦਾ ਪੰਜਾਬ ਨੂੰ ਕੋਈ 400 ਭੇਜ ਰਿਹਾ ਕੋਈ ਦੱਸਦਾ ਕੋਈ ਨਹੀਂ ਦੱਸਦਾ ਸਾਰੇ ਭੇਜਦੇ ਹਾਂ ਮੈਨੂੰ ਪਤਾ ਤੁਸੀਂ ਕੋਈ ਨੀ ਬੱਚਿਆ ਜਿਹੜਾ ਨਹੀਂ ਭੇਜਦਾ ਸਾਲ ਬਾਅਦ ਕੋਈ ਖੂਨ ਜਲ ਜਲਾ ਆ ਜਾਂਦਾ ਮਾਮੇ ਭੂਆ ਦੇ ਪੁੱਤਾਂ ਨੂੰ ਭੇਜਦਾ ਉਹ ਵੀ ਮਦਦ ਹੀ ਹੈ ਇਹ ਵੀ ਮੰਨ ਲਓ ਗੱਲ ਜਾਂ ਗਰੀਬੀ ਦੀ ਰੇਖਾ ਚ ਆਉਣਗੇ ਉਹ ਵੀ ਇੱਕ ਪੰਜਾਬ ਦੇ ਪੁੱਤ ਹੋਣਗੇ ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਾਂਭਦੇ ਹੋ ਇਹ ਵੀ ਬਹੁਤ ਵੱਡੀ ਗੱਲ ਇਹੀ ਕਰ ਲਓ ਤੇ ਉਹ ਹੁਣ ਮਤਲਬ ਉਹ ਕਹਿੰਦੀ ਮੈਂ ਜਵਾਕ ਆਪਣੇ ਸਫਾਈਆਂ ਸਫੂਈਆਂ ਕਰਕੇ ਘਰ ਦੇ ਇਹਦੀ ਦਵਾਈ ਵੀ ਰੋਟੀ ਦਾ ਵੀ ਤੇ ਉਹਦਾ ਪੱਟ ਕੇ ਲੈ ਗਏ ਬਿਜਲੀ ਵਾਲੇ ਉਹ ਕਹਿੰਦੇ ਤੂੰ 16,000 ਦਾ ਬਿੱਲ ਖੜਾ ਤੇਰੇ ਤੇ ਉਹ ਕਹਿੰਦਾ ਮੈਂ ਪਿਆ ਹੋਇਆ ਪਿਆ ਹੋਵੇ ਤੂੰ
ਅਸਲੀ ਉਹ ਗਾਲਾਂ ਕੱਢਦਾ ਜੇਈ ਬਾਹਰ ਗਾਲਾਂ ਕੱਢਦਾ ਤੇ ਲੈ ਗਏ ਪੱਟ ਕੇ ਅਗਲੇ। ਇਹ ਰਾਮ ਰਾਜ ਦੀ ਗੱਲ ਤੁਹਾਨੂੰ ਮੈਂ ਦੱਸਦਾ ਪੰਜਾਬ ਦੀ, ਇੱਕ ਕੈਲੀਫੋਰਨੀਆ ਜੀ ਤੇ ਜੇ ਤੇ ਦਿਆ ਸਾ ਗਿਆ ਸਾ ਤੇ 4 ਲੱਖ ਹੁਣ ਸਮਾਰਟਫੋਨ ਦੇਣੇ ਸੇ। ਕੈਪਟਨ ਵੀ ਕਰਦਾ ਨਾ ਬਹੁਤ, ਪ੍ਰਸ਼ਾਂਤ ਕਿਸ਼ੋਰ ਜੀ ਉਹ ਕੈਬਨਿਟ ਮਿਨਿਸਟਰ, ਇਹਦਾ ਇੱਥੇ ਹੀ ਦੇ ਕੇ ਜਾਣੇ ਪੈਣੇ ਨੇ ਹਿਸਾਬ ਕਿਤਾਬ। ਜਦ ਤੁਸੀਂ ਇੱਕ ਪਰਜਿਆਂ ਦੇ ਮਾਲਕ ਹੋਵੋ, ਇੱਕ ਸੂਬੇ ਦੇ ਤੁਹਾਡੇ ਕੋਲ ਪਾਵਰ ਹੋਵੇ, ਤੁਹਾਡੇ ਸੂਬੇ ਦੇ ਵਿੱਚ ਇਹੋ ਜਿਹੇ ਅਪਾਹਜ ਬੰਦੇ ਬੈਡਾਂ ਤੇ ਪਏ ਹੋਣ ਜਿਹੜੇ ਗੜ ਰਹੇ ਹੋਣ, ਜਿਹਨਾਂ ਦੇ ਜ਼ਿੰਦਗੀ ਮੂਹਰੇ ਹੁਣ ਜਿਹੜੀ ਉਹ ਜਵਾਕ ਤੇ ਜਵਾਕੜੀ ਬੇਟੀ ਤੇ ਬੇਟਾ, ਹੁਣ ਜਦ ਤੁਸੀਂ ਉਹਨਾਂ ਵੱਲ ਝਾਕਦੇ ਹੋ ਯਾਰ ਇਹਨਾਂ ਦਾ ਕੀ ਕਸੂਰ ਹੈ? ਹੁਣ ਦੱਸ ਇਹ ਕੀ ਕਰਨਗੇ ਇਹਦੇ ਚੋਂ ਨਿਕਲ ਕੇ ਆ ਖਲਜਗਣ ਚੋਂ, ਇਹ ਕਿੱਥੇ ਨੂੰ ਜਾਣਗੇ ਗਾ? ਇੱਕ ਤਾਂ ਗੱਲ ਮੈਂ ਮੰਨਦਾ ਵੀ ਜੱਟ ਕੋਲ 10-15 ਕਿੱਲੇ ਸੀ, ਉਹ ਖਲਜਗਣ ਪੈ ਗਿਆ ਤੇ ਖਰਚੇ ਘਟਦੇ 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 ਵੇਚ ਗਿਆ, ਮੁੰਡੇ ਨੂੰ ਮੂਹਰੇ ਕੁਛ ਦੇਖਿਆ ਨੀ, ਉਹ ਨਸ਼ਿਆਂ ਚ ਪੈ ਗਿਆ। ਕੁਛ ਲੀਡਰਾਂ ਨੇ ਰਫਲਾਂ ਚੁਕਾ ਲਈਆਂ ਵੀ ਸਾਡੇ ਨਾਲ ਚੱਲੋ, ਲਾ ਦਿਓ ਪਹਿਰੇ, ਕਰ ਦਿਓ ਪਹਿਰੇ, ਆ ਲੈ ਜਾਓ 2 ਡੱਬੇ ਦਾਰੂ ਦੇ ਬਰਸਾ ਦਿਓ ਤੇ ਬਸਾਂ ਨੇ ਇਹਨੂੰ ਭੇਜਤੀ। ਤੇਰਾ ਨੌ ਮੂਹਰੇ ਲਿਖਤਾ ਸਰਕਲ ਜਥੇਦਾਰ ਦੇ ਤੌਰ ਤੇ, ਜਾਂ ਕਾਂਗਰਸ ਦਾ ਦਿਹਾਤੀ ਪ੍ਰਧਾਨ ਜੇ ਤੇ ਪ੍ਰਧਾਨ ਤੇ ਬੋ। ਚਲੋ ਇੱਕ ਗੱਲ, ਗਰੀਬ ਦੀ ਗਰੀਬ ਕਰਦਾ, ਮੈਂ ਕੋਈ ਪਾਰਟੀ ਦੀ ਨੀ ਗੱਲ ਕਰਦਾ, ਮੈਨੂੰ ਐਮ ਐਲ ਏ ਸੰਦੋਆ ਜਦੇ ਪਹੁੰਚ ਗਿਆ ਉੱਥੇ, ਉਹਦੇ ਚ ਊਣ ਤਾਈਆਂ ਹੋਣਗੀਆਂ, ਪਰ ਉਹ ਕਹਿੰਦਾ ਯਾਰ ਨਹੀਂ ਯਾਰ ਇਹ ਨੀ, ਮੈਂ ਉਹ ਇਲਾਕੇ ਚ ਸੀ 5-7 ਅੱਧੇ ਘੰਟੇ ਚ ਪਹਿਲਾਂ ਪਹੁੰਚ ਗਿਆ। ਚਲੋ ਇਹ ਵੀ ਮੈਂ ਮੰਨ ਲਵਾਂ ਵੀ ਚਲੋ ਜੇ ਪਹਿਲਾਂ ਹੀ ਉਹਨੇ ਸੈੱਟ ਕੀਤੀ ਹੋਵੇ ਮੁੰਡੇ ਨੇ ਨਾਲ ਦੇ ਪਿੰਡਾਂ ਦਾ, ਥਲੀ ਪਿੰਡਾਂ, ਮੈਂ ਜਾਊਂਗਾ ਤੁਸੀਂ ਆ ਜਾਓ, ਫੇਰ ਵੀ ਕੋਈ ਗੱਲ ਨੀ। ਦੂਜੇ ਜਿਹਨਾਂ ਦੇ ਮੁਕਸਰੀ ਕੁੜਤੇ ਪਜਾਮੇ ਨੇ ਉਹ ਵੜਦੇ ਆ ਉੱਥੇ, ਉਹਨਾਂ ਮੁਸ਼ਕ ਮਾਰਦਾ ਸਾਹਮਣੇ, ਲੋਹੇ ਦੀ ਇੱਕ ਵੀਲਚੇਅਰ ਟੁੱਟੀ ਪਈ ਹੈ ਤੇ ਵਾਸ਼ਰੂਮ ਦੇ ਦਰਵਾਜ਼ਾ ਹੈ ਨੀ, ਤੇ ਕੀ ਘਰ ਕੀ ਹੋਣਾ ਆਪਾਂ ਕਿਤੇ ਜਾਣਦੇ ਨੀ, ਜਿਹੜੇ ਆਪਣੇ ਘਰਾਂ ਚ ਕੰਮ ਕਰਦੇ ਆ ਉਹ ਕਿਹੋ ਜਿਹੇ ਘਰਾਂ ਚ ਰਹਿੰਦੇ ਆ ਵਿਚਾਰੇ। ਤੇ ਉਹ ਹੁਣ ਜਿਹੜੀ ਗੱਲ ਤੁਹਾਨੂੰ ਤੋੜਦੀ ਆ ਅੰਦਰੋਂ, ਆ ਜਿਹੜੇ ਪੈਸੇ ਖੁਣੋ ਰਿਸ਼ਤੇ ਟੁੱਟਦੇ ਆ ਨਾ, ਭਾਈ ਭਾਈ ਨਾਲ ਰਿਸ਼ਤੇਦਾਰ ਜੇ ਤੇ ਬੋ, ਮੈਨੂੰ ਆਹ ਕਰਤਾ ਮੈਨੂੰ, ਉਹ ਕਹਿੰਦੀ ਮੈਂ ਇਹਨੂੰ ਛੱਡ ਕੇ ਐਂ ਕਿਵੇਂ ਚਲੇ ਜਾਵਾਂ ਜੀ, ਅੰਕਲ ਜੀ ਮੈਂ ਕਿੱਥੇ ਜਾਵਾਂ, ਮੈਂ ਬੱਚਿਆਂ ਨੂੰ ਇਹਨਾਂ ਨੂੰ ਲੈ ਕੇ ਕਿਉਂ ਜਾਵਾਂ, 2 ਜਵਾਕ ਆ ਮੇਰੇ, ਇਹ ਬੰਦਾ ਮੇਰਾ, ਸੱਟ ਲੱਗ ਗਈ ਇਹਨੂੰ ਮੈਂ ਕਿਵੇਂ ਛੱਡ ਜਾਂ, ਲੱਤਾਂ ਉਹਦੀਆਂ ਸੁੱਕੀਆਂ ਪਈਆਂ ਨੇ ਬੰਦੇ ਦੀਆਂ, ਕੁਛ ਨੀ ਉਹਨੇ ਤੁਰਨਾ ਨੀ ਕਦੇ ਵੀ, ਹੋਣਾ ਨੀ ਕੁਛ। ਸੋ ਇਹ ਉਸ ਚੀਜ਼ ਤੋਂ ਕੀ ਸੁਨੇਹਾ ਉਸ ਚੀਜ਼ ਦਾ, ਪਹਿਲੀ ਤਾਂ ਗੱਲ ਇਹ ਆ ਵੀ ਉਹ ਇਹੋ ਜਿਹੇ ਜਿਹੜਾ ਨਾ, ਪਿਛਲੇ ਦਿਨੀ ਆਪਾਂ ਜਦ ਗੱਲ ਕਰਦੇ ਸੀ ਵੀ ਯਾਰ ਕੋਈ ਜਿਵੇਂ ਯਹੂਦੀ ਕੌਮ ਕਰਦੀ ਹੈ, ਸਿੱਖ ਜਿਹੜਾ ਬਾਹਰ ਬੈਠਾ ਉਹ ਇੱਕ ਬਾਕਸ ਚ $1 ਪਾ ਦੇਵੇ ਆਥਣੇ, 60 ਲੱਖ ਚੋਂ 4 ਲੱਖ ਪਾਉਣ ਲੱਗ ਜਾਏ, 3 ਲੱਖ 30% ਪਾਉਣ ਲੱਗੇ, 3 ਲੱਖ ਦਿਹਾੜੀ ਦਾ ਹੋ ਗਿਆ, ਇੱਕ $1 ਹੀ ਪਾਉਣਾ। ਪਰ ਉਹ ਚੀਜ਼ਾਂ ਮੈਨੂੰ ਪਤਾ ਹੈ ਪੋਸੀਬਲ ਹੈ ਨੀ, ਨਾ ਇਹ ਹੋਣੀਆਂ ਨੇ, ਨਾ ਅਸੀਂ ਆਰਗੇਨਾਈਜ਼ ਹੋ ਸਕਦੇ ਹਾਂ, ਫਿਰ ਉਹਦੇ ਵਿੱਚੋਂ ਜਥੇਦਾਰੀਆਂ ਪ੍ਰਧਾਨਗੀਆਂ ਤੇ ਜੇ ਤੇ ਬਹੁਤ ਆਪਣੇ ਤੌਰ ਤੇ ਆਪਾਂ ਕਰੀਏ, ਬਸ ਇਹੀ ਆ, ਆਪਾਂ ਇਹ ਬਹੁਤ ਔਖਾ ਹੈ, ਆਰਗੇਨਾਈਜ਼ ਸਾਡੀ ਕਿਸਮਤ ਚ ਹੈ ਨੀ। ਤੇ 8-9 ਮਿਲੀਅਨ ਮਤਲਬ 3 ਲੱਖ ਹੀ ਦਿਹਾੜੀ ਦਾ ਤਾਂ 1.5 ਕਰੋੜ ਰੁਪਇਆ ਬਣ ਗਿਆ ਪੰਜਾਬ ਦਾ। ਤੇ ਇਹਨਾਂ ਦੀ ਆਹ ਟੱਬਰਾਂ ਵਾਲਿਆਂ ਦੀ ਕਿੰਨੀ ਜ਼ੋਰ ਆ, 20,000 ਮਹੀਨੇ ਦਾ ਵੱਧ ਤੋਂ ਵੱਧ 20,000 ਤੇ $300-350 ਆ। ਤੇ ਬਸ ਇਹਦੇ ਚ ਹੀ ਉਹ ਕਹਿੰਦੇ ਇੰਨੇ ਤਾਂ ਬਹੁਤ ਹੈ, 20,000 ਨਾਲ ਤਾਂ ਅਸੀਂ ਰਾਜੇ ਹਾਂ। ਜਵਾਕ ਪੜ੍ਹਦੇ ਉਹਨੂੰ ਕਹਿੰਦੇ ਜਵਾਕਾਂ ਦੀ ਫੀਸ, ਉਹ ਕਹਿੰਦੀ ਮੈਂ ਬਸ ਲੈ ਆਉਣੀ ਆ, ਮੈਨੂੰ ਦੇ ਜਾਂਦੇ ਨੇ ਕਿਸੇ ਦਾ, ਹੋਰ ਨਾਉ ਦੱਸਿਆ ਸੀ ਇੱਕ ਸਰਦਾਰ ਹਰਿੰਦਰ ਸਿੰਘ ਕੋਈ ਦੱਸਦੇ ਸੀ, ਉਹ ਮਦਦ ਕਰਦੇ ਥਲੀ ਪਿੰਡ ਦੇ, ਉਹ ਕਹਿੰਦੇ ਅਸੀਂ ਉਹਨਾਂ ਤੋਂ ਲੈ ਲੈਂਦੇ ਹਾਂ ਫਿਰ। ਸੋ ਇੰਨਾ ਦਰਦ ਹੈ, ਇਹ ਨੀ ਮੈਂ ਕਹਿੰਦਾ ਵੀ ਇੱਕ, ਇਹ ਤਾਂ ਇੱਕ ਪਰਿਵਾਰ ਹੈ ਪੰਜਾਬ ਚ, ਇਹਦੇ ਨਾਲ ਦੇ ਬਹੁਤ ਪਰਿਵਾਰ, ਬਹੁਤ, ਜੇ ਮੈਂ ਅਨੁਪਾਤ ਚਲਾਵਾਂ ਇਸ ਲੈਵਲ ਤੇ ਮੈਂ ਕਹਿੰਦਾ 70% ਪੰਜਾਬ ਹੋ, 30% ਮਸਾਂ 3 ਕਰੋੜ ਦੇ ਵਿੱਚੋਂ 30% ਕਰੋੜ ਬੰਦਾ ਜਿਹੜਾ ਮੈਨੂੰ ਲੱਗਦਾ ਹੈਂਡ ਟੂ ਮਾਊਥ ਕਹਿ ਲਓ ਤੁਸੀਂ ਉਹਨਾਂ ਨੂੰ ਜਿਹੜੇ ਚੰਗੇ ਨੇ, ਬਾਕੀ ਤਾਂ ਵਿਚਾਰੇ ਉਹ ਦੀਵਾਲੀ ਆ ਗਈ, ਦੁਸਹਿਰਾ ਆ ਗਈ, ਆ ਗਿਆ ਮਾੜਾ ਜਿਹਾ ਦੀਵਾ ਲਾ ਦਿਓ ਬਸ, ਉਹ ਆਪਾਂ ਜਿਹੜੇ ਅੱਜ ਰਜਵਾੜੇ ਬਣੇ ਇੱਥੇ ਮਹਿਸੂਸ ਕਰਦੇ ਹਾਂ ਨਾ, ਆਪਾਂ ਉਹ ਪਿੰਡਾਂ ਚੋਂ ਆਏ ਹਾਂ, ਆਪਾਂ ਵੀ ਆਪਣੀ ਵੀ ਪਹੁੰਚ ਜਿਹੜੀ ਲਿਮਿਟਡ ਸੀ ਅੱਜ ਤੋਂ 25 ਸਾਲ ਪਹਿਲਾਂ, ਪਰ ਉਹ ਪਹੁੰਚ ਹੈ ਜਿਹੜੀ ਉਹ ਇੰਨੀ ਸਾਨੂੰ ਤੰਗ ਨੀ ਸੀ ਕਰਦੀ, ਕਿਉਂਕਿ ਸਾਡੇ ਵਰਗੀ ਪਹੁੰਚ ਵਾਲੇ 90% ਸੀ ਪਿੰਡ,
5-7 एकड़ एवरेज जमीन बई चल बाकी चली जांदा काम खरा अज कोई ना दिवाली आ बकरा बढ़ना बढ़े ही लेना आपां बस 6 महीने बाद अज लड्डू लै आउणे ने अज कुर्ते पजामे समा लैणे ने ओह कहिंदे ना इत्थे पढ़े हुए फाइनैंशियल मैनेजमेंट ते फाइनैंशियल एडवाइजर साडे वर्गा किहड़ा फाइनैंशियल एडवाइजर आ जिहड़ा लिमिटेड ते विचों पंजाब पिंड दे विच अपनी इज्जत भी ढक रहा है पिंड च कितें हथ भी नहीं अड रहा खुददारी एडी आही रौला जिहड़ा शुरू च मैं तुहानूं दस्सिया इत्थे आ रौला जिहड़ा 20वीं सदी वाली कहानी ओह कहिंदा वी रजवाड़ा कहिंदा वी मूहरे विश ओह कहिंदा विछणा नहीं है विछण वाली किहड़ी कहानी है इहदे च किवें विछ जीए असीं तेरे मूहरे तेरे कोल फसल सिड़दे आ ते तो चल 4 पैसे उधार लै लैंदे तेरे मोड़दे नहीं 6 महीने नूं गड्डा तेरे ही आउंदा कणक दा तू ब्याज लाउणा 2% सैकड़े दा 24% लाउणा लख दा 24,000 लैंदे ईर नहीं बनना ये नहीं कहानी उथों ही उहदा ने ईन मन ਉਹ ਕਹਿੰਦਾ ਈਨ ਨੀ ਮੰਨਣੀ ਹੈ ਈਨ ਕਿਵੇਂ ਮੰਨ ਲਈਏ ਤੇਰੀ ਬਾ ਉਹ ਈਨ ਮਨਾਉਂਦੇ ਮਨਾਉਂਦੇ ਫਿਰ ਜਿਹੜੀ ਕਹਾਣੀ ਹੋਵੇ ਕਹਿੰਦਾ ਘਰੋਂ ਭੱਜੋ ਜੇ ਈਨ ਨੀ ਮੰਨਣੀ ਚਲੋ ਕਿਹੜਾ ਕਮਾਦਾਂ ਤੇ ਨਹਿਰਾਂ ਦੇ ਕੰਢੇ ਨੂੰ ਤੁਰੋ ਫਿਰ ਦੂਜੇ ਪਾਸੇ ਨੂੰ ਤੁਸੀਂ ਟੱਪੋ ਬਾਰਡਰ ਫਿਰ ਇੱਥੇ ਨੀ ਰਹਿਣ ਦਿੰਦੇ ਅਸੀਂ ਤੁਹਾਨੂੰ ਆਪਰੇਸ਼ਨ ਚੇਜ ਆਪਰੇਸ਼ਨ ਹੰਟ ਆਪਰੇਸ਼ਨ ਬੁੱਡਰੋਜ ਤੇ ਐਨੀਵੇਜ ਉਹ ਇਹ ਨੀ 20ਵੀਂ ਸਦੀ ਚ ਨੀ ਉਹਦਾ 18ਵੀਂ ਕੀ ਜਦ ਤੋਂ 1708 ਤੋਂ ਗੁਰੂ ਪਿਤਾ ਚਲੇ ਗਏ ਉਹਦੇ ਬਾਅਦ ਫਿਰ ਇਉਂ ਹੀ ਚੱਲਿਆ ਹੁਣ ਇਹਦੇ ਚ ਜਿਹੜਾ ਸੁਨੇਹਾ ਹੈ ਉਹ ਇਹ ਆ ਵੀ ਸਿਰੜ ਕਿੱਡਾ ਤੇ ਮੂਹਰੇ ਸਾਰੀ ਪਹਾੜ ਜਿਹੜੀ ਜ਼ਿੰਦਗੀ ਆ ਉਹਦੀ 24-25 ਸਾਲ ਧਿਆਣੀ ਦੀ ਉਮਰ ਹੈ 50 ਸਾਲ ਪਏ ਆ ਤੇ ਬੰਦਾ ਮੂਹਰੇ ਕੁਛ ਨੀ ਹੈ ਕਮਾਈ ਵਾਲਾ ਨੀ ਕੁਛ ਨੀ ਉਹਨੇ ਉੱਠਣਾ ਨੀ ਤੇ ਉਹਦਾ ਚੱਕ ਥਲ ਸਫਾਈ ਡਾਇਪਰ ਵੀ ਹੈ ਨੀ ਉੱਥੇ ਮਿੱਤਰਾ ਮੈਂ ਉਹ ਕਹਿੰਦੀ ਵੀ ਸਭ ਤੋਂ ਮੈਂ ਕਹਿੰਦੀ ਆਪੇ ਕਰਦੀ ਆ ਜੀ ਸਾਰਾ ਸਾਫ ਮੈਂ ਕਿਆ ਕਰਦੀ ਮੈਂ ਪੋਤੜਾ ਬੰਨ ਦਿੰਦੀ ਆ ਉਹਦੇ ਜਿਹੜਾ ਕੁਛ ਜਿਵੇਂ ਉਹਨੇ ਸ਼ਬਦ ਕਿਹਾ ਹੁਣ ਜਹਿਜ ਜੀ ਗੱਲ ਜਹਿਜ ਅਸੀਂ ਵੀ ਪੋਤੜਾ ਹੀ ਕਹਿਣਾ ਅਸੀਂ ਨੈਪੀਆਂ ਤਾਂ ਇੱਥੇ ਹੀ ਕਹਿੰਦੇ ਆ ਕਿੱਡੀ ਵੱਡੀ ਜਿਹੜੀ ਆ ਸਿਰੜ ਕਿੱਡਾ ਨਿਭਾਉਣ ਦਾ ਦੇ ਤੇ ਕਿੰਨੀ ਹੋ ਗਏ ਵੀ 15-20 ਹਜ਼ਾਰ ਦੇ ਨਾਲ ਹੁਣ ਉਹ ਜਦ ਮੈਂ ਤਾਂ ਇੰਨੀ ਉਹ ਗੱਲ ਜਦ ਵੀਡੀਓ ਭੇਜੀ ਫਿਰ ਮੈਨੂੰ ਤਾਂ ਇਹ ਸੀ ਵੀ ਚਲੋ ਘਰ ਬਾਰ ਚ ਬੈਠੇ ਆ ਰੋਟੀ ਹੁਣ ਜਦ ਉਹ ਘਰ ਵੇਖਿਆ ਬਈ ਇਹ ਤਾਂ ਉਹ ਕਹਿੰਦਾ 4 ਭਾਈਆਂ ਦਾ 4 ਕਮਰੇ ਨੇ ਉਹ ਕਹਿੰਦੇ ਇੱਥੇ ਕੰਧ ਕਰ ਦੇਣੀ ਆ ਕਮਰੇ ਦੇ ਮੂਹਰੇ ਕੁਛ ਨੀ ਹੈ ਜਾਂ ਕੰਧ ਹੋ ਗਈ ਇੱਕ ਕਮਰਾ ਬਰਾਂਡਾ ਮੂਹਰੇ ਬਸ 4 ਕਮਰਿਆਂ ਦੇ ਮੂਹਰੇ ਬਰਾਂਡਾ ਖੁੱਲਾ ਵਿਹੜਾ ਸੱਜੇ ਬੰਨੇ ਸਾਂਝੇ ਗੁਸਲਖਾਨੇ ਨੇ ਭਾਈ ਆਪਣਾ ਕੰਮ ਕਰਦੇ ਨੇ ਉਹ ਕਹਿੰਦੇ ਇੱਥੇ ਕੰਧ ਕਰ ਦੇਣੀ ਆ ਚੱਲ ਉਹ ਨੀ ਕੋਈ ਕਹਾਣੀ ਨੀ ਉਹਨਾਂ ਦੀ ਛੱਤ ਦੀ ਵੀ ਨੀ ਕੋਈ ਕਮਰੇ ਵੀ ਨੇ ਹੁਣ ਬਣ ਜਾਣੇ ਨੇ ਸਾਰੇ ਕੁਛ ਪਰ ਮੇਰੇ ਕਹਿਣ ਦਾ ਮਤਲਬ ਵੀ ਦੁੱਖ ਜਿਹੜਾ ਜਦ ਤੱਕ ਤੁਸੀਂ ਦੁੱਖ ਮਹਿਸੂਸ ਨਹੀਂ ਕਰਨਾ ਕਿਸੇ ਦਾ ਆਪਣੇ ਰੱਥ ਚੋਂ ਸੋਨੇ ਮੁਕਤ ਸੋਨੇ ਵਾਲੇ ਮੁਕਤ ਤੋਂ ਉਤਰਨਾ ਨਹੀਂ ਬਹੁਤ ਕਰਦੇ ਨੇ ਸਾਰੇ ਕਰਦੇ ਨੇ ਪਰ ਕਿਤੇ ਨਾ ਕਿਤੇ ਉਹ ਕਰਨ ਦੇ ਵਿੱਚ ਕਹਾਣੀ ਕੋਈ ਨਾ ਕੋਈ ਲੁਕੀ ਹੁੰਦੀ ਹੈ ਇਹ ਜਿਹੜੀ ਇਹ ਕਹਾਣੀ ਇੱਕ ਮੈਂ ਹੁਣ ਸੋਚ ਰਿਹਾ ਸੀ ਵੀ ਇੱਥੋਂ ਸਿਰਫ ਮਤਲਬ ਵੱਧ ਤੋਂ ਵੱਧ 45 ਕਿਲੋਮੀਟਰ 45-35 ਕਿਲੋਮੀਟਰ ਤੇ ਸ਼ੁਰੂ ਹੋ ਜਾਂਦਾ ਨਵਾਂ ਚੰਡੀਗੜ੍ਹ ਕਰਾਲੀਓ ਮੁਰਜੀ ਸਿਸਮਾ ਨੂੰ ਬਈ ਉੱਥੇ ਇਸ ਪਰਜਾ ਦੇ ਰਾਜੇ ਵਸਦੇ ਆ ਰਾਜੇ ਕਰਾਲੀਓ ਮੁਰਜੋ 7 ਕਿਲੋਮੀਟਰ ਤੇ ਸਿਸਮਾ ਟੀ ਪੁਆਇੰਟ ਆ ਗਿਆ ਉਦੋਂ ਖੱਬੇ ਬੰਨੇ ਨੂੰ ਚਲੇ ਜਾਓ 7 ਸਟਾਰ ਆ ਸਰਦਾਰਾਂ ਦਾ ਬਾਦਲਾਂ ਦਾ ਗਾਹਾਂ ਪੱਲਣਪੁਰ ਵਾਲੇ ਚਲੇ ਜਾਓ ਕੈਪਟਨ ਆਪਣਾ ਜਗਾੜ ਬੰਨੀ ਬੈਠਾ ਉਹ ਕਹਿੰਦਾ ਇਹ ਮੇਰਾ ਮਹਿਲ ਹੈ ਮਹਿੰਦਰਾ ਨਿਵਾਸ ਮਾਂ ਦੇ ਨਾਂ ਤੇ ਤੇ ਉਦੋਂ ਅੰਦਰ ਨੂੰ ਚੰਡੀਗੜ੍ਹ ਪੀਜੀਆਈ ਤੋਂ ਬਾਹਰ ਬਾਹਰ ਵੜ ਜਾਓ 8 ਸੈਕਟਰ ਤੋਂ ਹੋ ਜਾਂਦੇ ਨੇ ਸ਼ੁਰੂ ਕੋਈ ਬਣ ਗਈ ਹੋਵੇ ਕਿਹੜੀ ਪੋਲੀਟੀਕਲ ਪਾਰਟੀ ਹੋਵੇ ਸਭ ਬੈਠਿਆ ਇੱਕੜ ਇੱਕੜ ਚ ਤੇ ਸਾਰਿਆਂ ਦਾ ਪੋਸਟਮਾਰਟਮ ਕਰ ਲਿਓ ਉਹਦੇ ਚੋਂ ਜੱਦੀ ਸਿਰਫ 5-7% ਨੇ ਜਿਹਨਾਂ ਦੇ ਘੋੜੇ ਹਿਣਕ ਦਿੱਤੀ 95% ਨੇ ਇਹਨਾਂ ਗਰੀਬਾਂ ਨੂੰ ਚੂਸ ਕੇ ਬਣਾਈਆਂ ਹੋਈਆਂ ਉਹ ਕਿਸੇ ਦੀ 5 ਕਨਾਲ ਚ ਆ ਕਿਸੇ ਦੀ 4 ਕਨਾਲ ਚ ਆ ਕਿਸੇ ਦਾ ਕਿਤੇ ਜਵਾਕ ਬੈਠਾ ਕਿਸੇ ਕਿਤੇ ਬੈਠਾ ਉਹ ਪੰਜਾਬ ਦੇ ਰਾਜੇ ਨੇ ਅਲੱਗ ਅਲੱਗ ਪਾਰਟੀਆਂ ਦੇ ਤੇ ਅਲੱਗ ਅਲੱਗ ਕੱਪੜਿਆਂ ਵਾਲੇ ਤੇ ਸਾਰਿਆਂ ਦੇ ਘੜੇ ਚ ਕੀਤਾ ਮੈਂ ਤਾਂ ਤੁਹਾਨੂੰ ਦੱਸਦਾ ਵੀ 7-8 ਪਰਿਵਾਰ ਆਪਾਂ ਗਿਣਦੇ ਹਾਂ ਇਹਨਾਂ ਦੇ ਗਾਹਾਂ ਲਾ ਲਓ 7-8 100 ਟੱਬਰ ਹੈ ਜਿਹਨਾਂ ਕੋਲ ਜੱਦੀ ਪੁਸ਼ਤੀ ਵੀ ਆਹ ਤੁਹਾਨੂੰ ਇਤਿਹਾਸ ਸੁਣਾਉਣੇ ਲੱਗਿਆ ਜੱਦੀ ਪੁਸ਼ਤੀ ਜਿਹੜੇ ਘੋੜੇ ਫਿਰੇ ਹੋਏ ਨੇ ਕਿੱਥੋਂ ਫਿਰੇ ਹੋਏ ਨੇ ਸੋ ਇਹਨਾਂ ਦੇ ਹੁੰਦਿਆਂ ਹੋਇਆਂ ਇਹ ਪਹੁੰਚ ਹੈ ਜਿਹੜੀ ਜਿੱਦਾਂ ਗੁਰੂ ਕਿਰਪਾ ਪ੍ਰਦੇਸ਼ੀ ਬੈਠਾ ਖਾਲਸਾ ਉੱਜੜਿਆ ਹੋਇਆ ਡਾਇਸਪੁਰਾ ਉਹਨਾਂ ਵੱਲ ਨੂੰ ਮੂੰਹ ਕਰਕੇ ਉਹ ਹੂਕ ਮਾਰਦੇ ਨੇ ਤੇ ਅਸੀਂ ਮੋਢਿਆਂ ਤੇ ਜਦੇ ਹੀ
ਡਾਂਗਾ ਰੱਖ ਲੈਣਾ ਵੀ ਆਏ ਲੈ ਫਿਕਰੇ ਕੋਈ ਨੀ। ਸਵੈਮਾਨ ਸਿੰਘ ਨੂੰ 6 ਮਹੀਨੇ ਹੋ ਗਏ ਲਾਉਂਦੇ ਨੂੰ ਟੀਕੇ, ਅਮਰੀਕਾ ਛੱਡ ਕੇ ਗਏ, ਬੈਠਾ ਦਿੱਲੀ ਅੱਧਾ ਹੋਇਆ ਪਿਆ। ਉਹ ਕਹਿੰਦਾ ਨਾ 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 ਤੂੰ ਦੇਖ ਸਹੀ ਕਹਾਣੀ ਉਹ ਕੋਈ ਨੀ। ਕਹਿੰਦਾ ਮੈਡੀਸਨ ਮੁਡੀਸਨ ਤੁਹਾਡੇ ਕਮਾਈ ਹੈ ਤਾਂ ਮੁੜ ਕੇ ਆਉਣਾ ਮੈਂ ਨਿਊਯਾਰਕ, ਨਿਊਯਾਰਕ ਜਾਂ ਮਰਜ਼ੀ ਆ ਜੂ, ਇਹਨਾਂ ਨੂੰ ਕੌਣ ਸਾਂਭੂ। ਹਲੇ ਵੀ ਮੋਰਚੇ ਤੇ ਬੈਠਿਆ ਪਿੰਡ ਨੂੰ ਨੀ ਮੁੜੇ, ਮਈ ਆ ਗਈ ਤੇ ਕਿੰਨੀ ਗਰਮੀ ਦੇ ਵਿੱਚ ਤਪਦੀ ਆ ਮੂਰਥਲ ਦੀ ਉਹ ਸੜਕ ਉੱਥੇ ਬੈਠੇ। ਕਸੂਰ ਕੀ ਹੈ? ਕਸੂਰ ਇਹ ਹੈ ਵੀ ਸਾਨੂੰ ਰੀਪ੍ਰਜੈਂਟ ਕਰਨ ਵਾਲੇ ਜਿਹੜੇ ਨੇ ਉਹ ਟੋਡੀਆਂ ਦਾ ਲਾਣਾ, ਚਾਹੇ ਉਹ ਪਹਿਲਾਂ ਅੰਗਰੇਜ਼ਾਂ ਦੇ ਸੀ, ਉਹਦੇ ਬਾਅਦ ਫਿਰ 47 ਤੋਂ ਬਾਅਦ ਹੁਣ ਦੇ ਅੰਗਰੇਜ਼ਾਂ ਦੇ ਥੱਲੇ ਨੇ। ਉਹ ਕਹਿੰਦੇ ਸਾਨੂੰ ਕਰੀ ਚੱਲੋ ਸੂਬੇਦਾਰ ਆ ਪੰਜਾਬ ਦਾ। ਦਿੱਲੀ ਵਾਲਾ ਕਹਿੰਦਾ ਸੂਬੇਦਾਰੀ ਤੈਨੂੰ ਦਿੱਤੀ, ਤੂੰ ਜਿਹੜਾ ਕੁਛ ਮਰਜ਼ੀ ਕਰ ਲੈ ਪਰ ਸਾਡੇ ਪੈਂਤੜੇ ਦੇ ਮੂਹਰੇ ਨੀ ਬੋਲਣਾ। ਬਸ ਉਹ ਕਹਿੰਦਾ ਨਹੀਂ ਬੋਲਦੇ ਜੀ, ਬਸ ਸਾਡੀ ਚੱਲਣ ਦੇ, ਸਾਡੀ ਇੱਥੋਂ ਚੱਲੇ ਤੇ ਦਿੱਲੀ ਖੜੇ, ਦਿੱਲੀਓ ਚੜੇ ਇੱਥੇ ਖੜੇ, ਸਾਨੂੰ 30,000 ਹੀ ਕੋਟ ਦੇ ਦਿਓ, ਸਾਨੂੰ ਆਹ ਦੇ ਦਿਓ। ਸਾਡੇ ਲਿਓੜ ਜਿਹੜੇ ਮਹਿਲ ਦੇ ਗਿਰਦੇ ਸੀ, ਹੁਣ ਉਹ ਅਸੀਂ 4-4 ਮਹਿਲ ਸਾਡੇ ਬਣ ਗਏ, ਬੱਲੇ ਬੱਲੇ ਹੋ ਗਈ, ਸਵਿਸ ਬੈਂਕ ਦਾ ਸਾਡਾ ਖੇ ਜਿਹੜਾ ਜਮਾ ਹੀ ਖਾਤਾ ਨਾ ਖੋਲੇ। ਬਸ ਬਾਕੀ ਜਿਹੜਾ ਕੋਈ ਮਰਜ਼ੀ ਕਰਿਆ ਸੈ ਕਰ ਲਾਂਗੇ, ਸੈ ਕਹੋ ਜਾਏਗਾ ਸੈ। ਮੇਰੇ ਕਹਿਣ ਦਾ ਮਤਲਬ ਕਿਹੜੀ ਕਿਹੜੇ ਤੁਸੀਂ ਧਰਮ ਦੀ ਗੱਲ, ਕਿਹੜੇ ਤੁਸੀਂ ਸੂਬੇ ਦੀ ਗੱਲ ਕਰਦੇ ਹੋ ਜਿੱਥੇ ਆਹ ਉਜਾੜਾ ਹੋ ਰਿਹਾ। ਦੇਖਿਓ ਮੈਂ ਤੁਹਾਨੂੰ ਬੇਨਤੀ ਕਰਾਂ, ਲੋਕ ਰੰਗ ਉਹਦਾ ਮੁੰਡੇ ਦਾ ਜਸਵੀਰ ਸਿੰਘ ਥਲੀ ਦਾ ਇਹ ਯੂਟਿਊਬ ਦਾ ਵੀਡੀਓ ਦਾ ਚੈਨਲ ਹੈ, ਉੱਥੇ ਇਸ ਪਰਿਵਾਰ ਦੇ ਬਾਰੇ ਲਿਖਿਆ। ਲਾਈਨ ਨੰਬਰ 2 ਸਾ ਕੁਲਦੀਪ ਸਿੰਘ, ਕੀ ਕਹਿਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ, ਗਿਰ ਸਾਹਿਬ ਸਭ ਤੋਂ ਪਹਿਲਾਂ ਫਤਿਹ ਬੁਲਾਉਣੇ ਆ ਤੇ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਅਰਜਨ ਦੇਵ ਜੀ ਦੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰਿਆਂ ਨੂੰ, ਆਪ ਜੀ ਨੂੰ ਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੀ। ਭਗਤ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਧੰਨਵਾਦ ਤੁਹਾਨੂੰ ਵੀ। ਕੁਲਦੀਪ ਸਿੰਘ ਸਤਿਕਾਰ ਕਮੇਟੀ ਬੋਲਦੇ ਆ ਜੀ, ਤੁਹਾਨੂੰ ਸਲੂਟ ਕਰ ਰਿਹਾ। 2 ਦਿਨ ਤੁਸੀਂ ਜਿਹੜੀ ਸਿੱਖਾਂ ਦੀਆਂ ਗੱਲਾਂ ਸੁਣਾਈਆਂ, ਸਾਡਾ ਇਤਿਹਾਸ ਸੁਣਾਇਆ, ਗੱਲ ਨੀ ਹੁੰਦੀ ਬਸ ਹੁਣ ਗੱਲ ਹੋਣੀ ਵੀ ਨੀ ਗੀ, ਸਲੂਟ ਕਰਦੇ ਆ ਬਸ ਜੀ। ਤੇ ਜਿਹੜੀ ਗੱਲ ਆ ਸੁਣਾਈ ਆ ਤੁਸੀਂ ਅੱਜ ਮੁੰਡੇ ਵਾਲੀ, ਬਹੁਤ ਦੁੱਖਦਾਈ ਹੈ, ਸਾਨੂੰ ਅਸੀਂ ਸਾਥ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਜੀ, ਧੰਨਵਾਦ, ਕੋਈ ਨਾ, ਧੰਨਵਾਦ। ਸਾਰੇ ਮੈਸੇਜ ਬਾਈ ਜੀ ਮਹਿੰਦਰ ਸਿੰਘ ਬੈਂਸ ਆਪਣੇ ਦੋਸਤ ਨੇ ਹਾਂਗਕਾਂਗ ਚ ਰਹਿੰਦੇ ਆਪਣੇ ਬਿੰਦਰਖ ਤੋਂ, ਉਹਨਾਂ ਨੇ ਪਰਮ ਧਾਲੀਵਾਲ ਹੈ ਸਾਰੇ, ਅਸੀਂ ਆਪਣੀ ਆਪਣੇ ਉਹਦੇ ਤੋਂ ਸਰਬੱਤ ਦੇ ਭਲੇ ਵੱਲੋਂ ਆਪਾਂ ਉਹਨਾਂ ਦੀ ਮਦਦ ਕਰਨੀ ਹੈ, ਇਹ ਨੀ ਗੱਲ ਹੈ। ਦੋਸਤ ਮੇਰੇ ਨਾਲ ਜਿਹੜੇ ਪੜ੍ਹੇ ਤਿੰਨੇ ਹੀ ਪੰਚਾਇਤੀ ਰਾਜ ਚੋਂ SDO ਲੱਗੇ ਰੋਪੜ ਦੇ ਹੀ ਹੈ ਉਹ, ਤੇ ਹੋਰ ਬੜੀ ਖੁਸ਼ੀ ਦੀ ਗੱਲ ਹੈ, ਪਰਮ ਮਿੱਤਰ ਸਾਡਾ ਨਾਲ ਉਸੇ ਸਮੇਂ ਕਾਲਜ ਦੇ ਵਿੱਚ ਸੀ ਸਰ ਤੇਜਪਾਲ ਸਿੰਘ, ਤੇ ਤੇਜੀ ਕਹਿੰਦੇ ਸੀ ਉਹਨੂੰ, ਉਹ ਚੀਫ ਇੰਜੀਨੀਅਰ ਬਣਿਆ ਪੰਚਾਇਤੀ ਰਾਜ ਦਾ ਤੇ ਪੱਕੂ ਮਾਜਰਾ ਪਿੰਡ ਆ ਬਿਲਕੁਲ ਉਹਦਾ ਝੱਲੀਆਂ ਦੇ ਨਾਲ ਬਾਲ ਸੰਡੇ ਤੇ, ਤੇ ਉਹਨਾਂ ਨਾਲ ਉਹਨਾਂ ਪੰਚਾਇਤੀ ਰਾਜ ਵੱਲੋਂ ਜੇ ਕੋਈ ਵੀ ਹੋਇਆ ਉਹਨਾਂ ਦੇ ਘਰ ਘੁਰ ਬਾਰ ਦਾ, ਤੇ ਆਪਣੇ ਤੌਰ ਤੇ ਪੂਰਾ ਇਹਨੂੰ ਪਲਾਨ ਕਰਾਂਗੇ ਆਪਾਂ ਵੀ ਜਿਹੜੀ ਉਹਨਾਂ ਨੂੰ ਹਰ ਮਹੀਨੇ ਉਹਨਾਂ ਦੀ ਮਦਦ ਜਾਵੇ, ਬੱਚੇ ਪੜ ਜਾਣ, ਉਹਦਾ ਇਲਾਜ ਹੋਈ ਜਾਵੇ ਬਸ, ਫਿਰ ਹੌਲੀ ਹੌਲੀ ਉਹਨਾਂ ਦਾ ਘਰ ਬਾਰ ਵੀ ਬਣਾਵਾਂਗੇ, ਕਰ ਦਿਆਂਗੇ। ਹੁਣ ਇਹ ਪਰਿਵਾਰ ਦੀ ਨੀ ਗੱਲ, ਤੁਸੀਂ ਵੀ ਨਿਗਾਹ ਰੱਖਿਆ ਕਰੋ ਪਲੀਜ਼ ਆਪਣੇ ਏਰੀਏ ਦੇ ਵਿੱਚ। ਮਨਵੀਰ ਹੁਣੇ ਕਹਿੰਦਾ ਸੀ, ਗਰੇਵਾਲ ਕਹਿੰਦਾ ਪਿੰਡਾਂ ਦਾ ਹੀ ਖਿਆਲ ਰੱਖੋ। ਇਹ ਜਸਵੀਰ ਸਿੰਘ ਥਲੀ ਮੁੰਡਾ ਵਧੀਆ ਕੰਮ ਕਰਦਾ, ਲੋਕ ਰੰਗ ਇਹਦਾ ਚੈਨਲ ਹੈ, ਉਹਦੇ ਤੇ ਯੂਟਿਊਬ ਤੇ ਵੀਡੀਓ ਪਈ ਹੈ, ਪਲੀਜ਼ ਵੇਖ ਲਿਓ। ਦਰਦ ਜਾਣੀ ਉਹਦੇ ਚੋਂ ਇੱਕ ਸੁਨੇਹਾ ਹੀ ਹੈ, ਮਤਲਬ ਸੁਨੇਹਾ ਕੀ, ਜਦ ਅਸੀਂ ਨਸ਼ੁਕਰੇ ਹੁੰਦੇ ਹਾਂ ਨਾ ਵੀ ਸਾਡੇ ਕੋਲ ਇੰਨਾ ਕੁ ਕੁਛ ਹੈ ਤੇ ਉਸ ਦੇ ਬਾਅਦ ਵੀ ਇੱਕ ਦਿਹਾੜੀ ਟੁੱਟ ਗਈ, ਆਹ ਰਹਿ ਗਿਆ, ਆਹ ਹੋ ਗਿਆ, ਉਹ ਬਾਈ ਰਿਹਾ ਹੀ ਕੱਖ ਨੀ, ਆਹ ਮਤਲਬ ਜੇ ਆ ਘਰ ਜੇ ਲੇਟ ਵੇਚ ਦਿੰਦੇ ਅੱਜ $3,00,000 ਹੋਰ ਬਣਨਾ ਸੀ, ਉਹ ਪਿਛਲੇ ਸਾਲ ਵੇਚ ਬੈਠੇ, $3,00,000 ਪੈਣਾ ਸੀ ਹੋਰ। ਪਰ ਦੁੱਖ ਜਿਹੜਾ ਉਹਦਾ ਦੁੱਖ ਦਾ ਲੈਵਲ ਤੇ ਦੁੱਖ ਸਾਂਭਣ ਦਾ ਜਿਗਰਾ ਜਿਹੜਾ ਉਹ ਬਹੁਤ ਵੱਡਾ। ਇਹਦੇ ਚ ਦੇਖਿਆ ਜਾਵੇ ਇਹਦੇ ਤੇ ਬਹੁਤ ਵੱਡੀ ਗੱਲ ਹੈ ਕਿ ਸਾਡਾ ਤਾਂ ਕੁਛ ਨੀ, ਆਪਣਾ ਆਪਾਂ ਨੂੰ ਪਤਾ ਆਪਾਂ ਵੀ ਔਖੇ ਹਾਂ, ਇੱਥੇ ਸੌਖਾ ਨੀ ਕੋਈ ਹੈ ਸਾਰਿਆਂ ਨੂੰ ਦਿੰਦੇ, ਪਰ $20,000-$50,000 ₹5,000-4,000 ਪਿੰਡ ਚ ਜਿਹਨਾਂ ਜਿਹੜੇ ਘਰਾਂ ਚ ਕੰਮ ਕਰਦੇ ਰਹੇ ਆ ਉਹ
रिश्तेदारी अपनी चाचे ताए दे पुत जिहड़े मामे भूआ दे पुत ओह सांभण वाले ने मिसयूज ना करन दिओ वी वीरे आ लैणा सी फिर हुण जे अनोवा ही लै दवे तां बहुत इह नहीं गल रखियो 1.5-2 लाख वाली मरूती ते सीधे राह पाओ जवाकां नूं एजुकेशन दो नाल अपनी कौम दा ते अपना कॉन्सैप्ट की है ये भी समझाओ प्यार की है कौमियत की है ये भी दसो धर्म की है इतिहास की है ये भी दसो इस तरह मदद करो। तो यह अज मैं बड़ा औखा सी तुहाडे नाल मैनू निजी तौर ते गल करनी ओह मुड़ मुड़ के दिमाग दे विच जे चीज आउंदी जां तुसीं वन टू वन गल करदे हो मतलब दृढ़ता जिहड़ी गल च है वी पैसे पूसे किहड़ी गल आ गई मैं तुसीं फिक्रे नहीं कोई मैं तकड़ी आ हले मैनू तो इनू सामना करना ही औखा है जे एदा मेरा नाल मेरी एदा मैनू हो जावे ते जे मैनू मेरा कम कार वाली कहानी कोई नहीं कम कहिंदी कुड़ी कहिंदी ओह कहिंदी कम तां करदे आ अंकल क्या करना कमां दे किहड़ी गल है मेरी कोई कहानी नहीं कमां कुमां रूप आशा सिरड बख्शे इह उही कौम है जिन्हां दे गलां दे विच हार पए जिन्हां ने सवा सवा मन दे पीसणे ते जिन्हां ने जवाक अबड़ा के दर्शियां दे विच जिहड़े टंगे लाहौर दे नखास चौक च इह उह कौम है। इह सी अज दा प्रोग्राम जी धन्नवाद तुहानूं कहानी तुहाडे सनमुख ते इह इतिहास दी जिहड़ी लड़ी इह चलू रूपा शक कृपा रखण कंड ते हथ रखण ते चढ़दी